ਜੋ ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਤੁਹਾਡੀਆਂ ਸੰਗਤਾਂ ਵੱਲੋਂ ਐਂਬੂਲੈਂਸ ਜੋ ਪ੍ਰਾਪਤ ਹੋਈ ਹੈ ਸੰਗਤਾਂ ਦੇ ਸ਼ੁਕਰਾਨੇ, ਅਤੇ ਇੱਕ ਗੱਡੀ ਸਾਨੂੰ ਹੋਰ ਚਾਹੀਦੀ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ। ਮੈਂ ਅੱਗੇ ਵੀ ਇਹ ਬੇਨਤੀ ਕਰਦਾ ਆ ਰਿਹਾ ਸਾਂ ਕਿ ਉਸ ਗੱਡੀ ਦੇ ਰਾਹੀਂ ਵੱਖ ਵੱਖ ਥਾਵਾਂ 'ਤੇ ਜੋ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ ਜਿੱਥੇ ਲੋੜ ਹੋਵੇ, ਅਤੇ ਉਹ ਗੱਡੀ ਵੀ ਤਕਰੀਬਨ 11-12 ਲੱਖ ਦੀ ਬਣਨੀ ਹੈ। ਅਤੇ ਮੇਰੀ ਬੇਨਤੀ, ਆਪਣਾ ਆਪਣਾ ਕਿਣਕਾ, 1000 ਵਾਲਾ 1000 ਸੇਵਾ ਕਰੇ, 5000 ਵਾਲਾ 5000, ਜੇ ਕੋਈ ਗੱਡੀ ਦੀ ਸੇਵਾ ਕਰ ਸਕਦਾ ਉਹ ਵਧੀਆ ਗੱਲ ਹੈ, ਜੇ ਨਹੀਂ ਕਰ ਸਕਦੇ ਇਹ ਨਹੀਂ ਕਿ ਅਸੀਂ ਏਡੀ ਵੱਡੀ ਸੇਵਾ ਨਹੀਂ ਕਰ ਸਕਦੇ। ਜੋ ਗੁਰੂ ਪਿਤਾ ਜੀ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ, ਆਪ ਜੀ ਨੇ ਇਸ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਇਸ ਗੱਡੀ ਦੇ ਲਈ ਵੀ ਸੇਵਾ 'ਚ ਹਿੱਸਾ ਪਾਉਣਾ। ਔਰ ਮੈਂ ਹਿੱਕ 'ਤੇ ਹੱਥ ਮਾਰ ਕੇ ਕਹਿ ਰਿਹਾ, ਜਦੋਂ ਲੋੜਵੰਦ ਪਰਿਵਾਰਾਂ ਲਈ ਤੁਸੀਂ ਲੰਗਰ ਦਾ ਪ੍ਰਬੰਧ ਕਰ ਦਿਓਗੇ, ਲੰਗਰ ਦਾ ਸਾਧਨ ਬਣ ਜਾਓਗੇ, ਕਿਉਂਕਿ ਉਹ ਗੱਡੀ ਰਾਹੀਂ ਲੋੜਵੰਦ ਪਰਿਵਾਰਾਂ ਨੂੰ ਲੰਗਰ ਪਹੁੰਚਣਾ, ਮੈਨੂੰ ਇੰਨਾ ਵਿਸ਼ਵਾਸ ਹੈ ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਦੇ ਵਿੱਚ ਕਦੀ ਵੀ ਲੰਗਰਾਂ ਦੀ ਤੋਟ ਨਹੀਂ ਆਉਣ ਦੇਣਗੇ, ਤੁਹਾਨੂੰ ਇੰਨੀਆਂ ਬਰਕਤਾਂ ਪਾਉਣਗੇ ਕਿ ਤੁਹਾਡੀਆਂ ਝੋਲੀਆਂ ਨਹੀਂ ਭਰਨਗੇ, ਤੁਹਾਨੂੰ ਝੋਲੀਆਂ ਭਰਨ ਵਾਲਾ ਬਣਾ ਦੇਣਗੇ। ਇਹ QR ਕੋਡ ਵੀ ਚੱਲਦੇ ਨੇ TV ਸਕਰੀਨ ਦੇ ਉੱਤੇ, ਅਕਾਊਂਟ ਡਿਟੇਲ ਵੀ ਚੱਲਦੀ, ਜਿਵੇਂ ਵੀ ਆਪ ਜੀਆਂ ਨੇ ਸੇਵਾ ਕਰਨੀ ਕਰਕੇ ਜੋ TV ਸਕਰੀਨ 'ਤੇ ਨੰਬਰ ਚੱਲਦੇ ਉਹਨਾਂ ਨੰਬਰਾਂ 'ਤੇ ਦੱਸਣ ਦੀ ਕਿਰਪਾਲਤਾ ਕਰਿਓ, ਤਾਂ ਜੋ ਤੁਹਾਨੂੰ ਰਸੀਦ ਔਰ ਸਤਿਕਾਰ ਸਮੇਂ ਸਿਰ ਪਹੁੰਚ ਸਕੇ, ਇਹ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। UK ਦੀਆਂ ਇਹ ਸੰਗਤਾਂ ਧਿਆਨ ਦੇ ਨਾਲ ਬੇਨਤੀ ਨੂੰ ਸੁਣਨ ਔਰ ਵੱਧ ਤੋਂ ਵੱਧ ਸ਼ੇਅਰ ਕਰਨ। 9 ਅਗਸਤ ਤੋਂ 24 ਅਗਸਤ ਤੱਕ UK ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਦਾਸ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਸਾਰੇ ਸਮਾਗਮਾਂ ਦਾ ਵੇਰਵਾ ਤੁਹਾਡੇ TV ਸਕਰੀਨ ਦੇ ਉੱਤੇ ਔਰ ਮੋਬਾਈਲਾਂ ਦੀ ਸਕਰੀਨ ਦੇ ਉੱਤੇ ਚੱਲ ਰਿਹਾ। ਮੇਰੀ ਸਭ ਨੂੰ ਬੇਨਤੀ, ਆਪ ਜੀਆਂ ਨੇ ਸਾਰੇ ਸਮਾਗਮਾਂ ਦੇ ਵਿੱਚ ਸਾਰੇ ਰੁਝੇਵਿਆਂ ਨੂੰ ਛੱਡ ਕੇ ਵੱਡੀ ਗਿਣਤੀ ਦੇ ਵਿੱਚ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਔਰ ਗੁਰੂ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਸੰਗ ਜੀ, 31 ਅਗਸਤ ਦਿਨ ਸ਼ਨੀਵਾਰ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ, ਜੋ ਰੋਜ਼ ਤੁਸੀਂ ਜੁੜਦੇ ਹੋ ਤਕਰੀਬਨ ਸ਼ਾਮ ਨੂੰ 6 ਵਜੇ ਦੇ ਕਰੀਬ ਕਰੀਬ ਸਾਰੇ ਪਹੁੰਚ ਜਿਓ ਔਰ ਲੰਗਰ ਪ੍ਰਸ਼ਾਦ ਛੱਕ ਕੇ ਫਿਰ ਚੌਂਕੜੇ ਮਾਰ ਕੇ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰਿਆਂ ਨੇ ਰਹਿਣ ਸਬਾਈ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ। ਔਰ ਤੁਹਾਨੂੰ ਸਭ ਨੂੰ ਪਤਾ ਹੈ, ਪ੍ਰਤੱਖ ਨੂੰ ਬਹੁਤੇ ਪ੍ਰਮਾਣਾਂ ਦੀ ਲੋੜ ਨਹੀਂ ਹੁੰਦੀ। ਜਦੋਂ ਤੁਸੀਂ ਪਿਛਲੀ ਵਾਰੀ ਆ ਕੇ ਹਾਜ਼ਰੀਆਂ ਭਰੀਆਂ ਪਾਉਵੰਡ ਸਾਹਿਬ ਰਹਿਣ ਸਬਾਈ ਦੇ ਵਿੱਚ, ਅਤੇ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਇੱਕ ਇੱਕ ਦੇ ਬੰਧਨਾਂ ਨੂੰ ਕੱਟਿਆ, ਕਿੰਨਿਆਂ ਦੇ ਵੀਜ਼ੇ ਲਵਾਏ, ਕਿੰਨਿਆਂ ਦੇ ਦੁੱਖਾਂ ਤਕਲੀਫਾਂ ਨੂੰ ਦੂਰ ਕੀਤਾ, ਕਿੰਨਿਆਂ ਦੇ ਕਸ਼ਟ ਬਾਬਾ ਦੀਪ ਸਿੰਘ ਜੀ ਨੇ ਆਪ ਬਖਸ਼ਿਸ਼ ਦੇ ਖਾਤੇ ਵਿੱਚੋਂ ਮਿਟਾਏ। ਇਹ ਬਾਬਾ ਆਨੰਦ ਸਿੰਘ ਜੀ ਦਾ ਵੀ ਬਚਨ ਹੈ, ਕਹਿੰਦੇ ਇੱਕ ਰਾਤ ਤੋਂ ਗੁਰੂ ਦੇ ਲੇਖੇ ਲਾ, ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਰਾਤਾਂ ਗੁਰੂ ਰਾਮਦਾਸ ਨੇ ਬਾਬਾ ਦੀਪ ਸਿੰਘ ਨੇ ਤੇਰੀਆਂ ਕੱਟ ਦੇਣੀਆਂ ਨੇ। ਆਓ ਭਾਗਾਂ ਵਾਲੇ ਹੋ, ਜਿੱਥੇ ਜਿੱਥੇ ਵੀ ਤੁਸੀਂ ਸੁਣਦੇ ਹੋ, ਦਸਾਂ ਦਸਾਂ ਵੀਹਾਂ ਵੀਹਾਂ ਨੂੰ ਨਾਲ ਲੈ ਕੇ, ਭਾਵੇਂ ਆਪਣੇ ਕੋਲੋਂ ਤੁਹਾਨੂੰ ਟਿਕਟਾਂ ਖਰਚਣੀਆਂ ਪੈਣ ਦੂਜਿਆਂ ਦੀਆਂ, ਭਾਵੇਂ ਕਿਰਾਏ ਦੀਆਂ ਗੱਡੀਆਂ ਕਰਨੀਆਂ ਪੈਣ, ਜਿਵੇਂ ਵੀ ਕਰ ਸਕਦੇ ਹੋ, ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚ ਕੇ ਰਹਿਣ ਸਬਾਈ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਿਓ ਔਰ ਗਰੰਟੀ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ, ਤੁਸੀਂ ਰਹਿਣ ਸਬਾਈ ਦੇ ਵਿੱਚ ਆ ਕੇ ਹਾਜ਼ਰੀਆਂ ਭਰਿਓ।
ਗੁਰੂ ਰਾਮਦਾਸ ਬਾਬਾ ਦੀਪ ਸਿੰਘ ਕੋਲੋਂ ਜਿਹੜੀ ਮਰਜ਼ੀ ਦਾਤ ਲੈ ਜਿਓ, ਜਿਹੜੀ ਮਰਜ਼ੀ ਦਾਤ। ਔਰ ਪਿਛਲੀਆਂ ਰਹਿਣ ਸਵਾਈਆਂ ਵਿੱਚ ਤੁਸੀਂ ਵੇਖਿਆ ਹੀ ਹੈ ਸਭ ਨੇ ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਸਭ ਦੀਆਂ ਝੋਲੀਆਂ ਭਰੀਆਂ ਨੇ। ਆਓ, ਖੁਸ਼ੀਆਂ ਲੈਣ ਦਾ ਵੇਲਾ ਹੈ, ਬੰਧਨ ਕਟਵਾਉਣ ਦਾ ਵੇਲਾ ਹੈ, ਝੋਲੀਆਂ ਭਰਮਾਉਣ ਦਾ ਵੇਲਾ ਹੈ। ਵੀਹਾਂ ਵੀਹਾਂ ਪੰਜਾਹਾਂ ਪੰਜਾਹਾਂ ਨੂੰ ਨਾਲ ਲੈ ਕੇ ਵਹੀਰਾਂ ਕੱਤ ਕੇ 31 ਅਗਸਤ ਨੂੰ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਿਸੰਗ ਜੀ, ਐਤਵਾਰ ਆ ਰਿਹਾ ਔਰ ਹਰ ਹਫ਼ਤੇ ਐਤਵਾਰ ਨੂੰ ਅਸੀਂ ਸਵੇਰੇ 11 ਤੋਂ 3:30 ਵਜੇ ਤੱਕ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। ਔਰ ਸਾਰੀਆਂ ਸੰਗਤਾਂ ਨੂੰ ਪਤਾ ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਬਹਿੰਦੇ ਨੇ, ਇੱਕ ਇੱਕ ਦੇ ਪੁੱਠੇ ਲੇਖਾਂ ਨੂੰ ਸਿੱਧੀਆਂ ਕਰਦੇ ਨੇ, ਔਰ ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਮੇਰੀ ਬੇਨਤੀ, ਪੱਕੀ ਰੂਟੀਨ ਆਪਣੇ ਅੰਦਰ ਇਹ ਐਤਵਾਰ ਦੀ ਬਣਾ ਲਓ ਕਿ ਹਰ ਐਤਵਾਰ ਜੋ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣੀਆਂ ਔਰ ਆਪਣੇ ਆਪਣੇ ਪੁੱਠੇ ਕਰਮਾਂ ਨੂੰ ਸਿੱਧੀਆਂ ਕਰਵਾਉਣਾ। ਇਹ ਮੇਰਾ ਇੱਕ ਨਿੱਜੀ ਵਿਸ਼ਵਾਸ ਹੈ। ਤੁਸੀਂ ਪਿਆਰ ਨਾਲ ਚੁਪਹਿਰਿਆਂ ਵਿੱਚ ਹਾਜ਼ਰੀ ਭਰਦੇ ਹੋ ਅਤੇ ਬਾਬਾ ਦੀਪ ਸਿੰਘ ਜੀ ਕਿਰਪਾ ਦਾ ਖਾਤਾ ਖੋਲ੍ਹ ਕੇ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਕੇ ਇੱਕ ਇੱਕ ਦੇ ਦੁੱਖ ਤਕਲੀਫਾਂ ਨੂੰ ਕੱਟਦੇ ਨੇ, ਇੱਕ ਇੱਕ ਦੇ ਬੰਧਨ ਕੱਟਦੇ ਨੇ। ਕਈ ਕਈ ਸਾਲਾਂ ਦੇ ਪਏ ਹੋਏ ਬੰਧਨਾਂ ਨੂੰ ਬਾਪੂ ਦੀਪ ਸਿੰਘ ਜੀ ਮਿੰਟਾਂ ਸਕਿੰਟਾਂ ਵਿੱਚ ਕੱਟ ਦਿੰਦੇ ਨੇ। ਆਓ, ਐਤਵਾਰ ਵਾਲੇ ਦਿਨ 11 ਤੋਂ 3:30 ਵਜੇ ਤੱਕ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਸ਼ੁਕਰਾਨੇ, ਸ਼ੁਕਰਾਨੇ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਅੱਜ ਇੱਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਤੁਸੀਂ ਇਕੱਲੇ ਕੀਰਤਨ ਨਹੀਂ ਕਰ ਰਹੇ, ਗੁਰੂ ਰਾਮਦਾਸ ਤੁਹਾਡੇ ਨਾਲ ਕਰ ਰਹੇ ਨੇ, ਇੱਦਾਂ ਲੱਗ ਰਿਹਾ ਸੀ। ਗੁਰੂ ਮਿਹਰ ਕਰੇ, ਇਹ ਬਖਸ਼ਿਸ਼ਾਂ ਬਣੀਆਂ ਹੀ ਰਹਿਣ। ਅੰਦਾਜ਼ਾ 20 ਮਿੰਟ ਮੈਂ ਤੁਹਾਡੇ ਹੋਰ ਲੈਣੇ ਨੇ, ਉਸ ਤੋਂ ਵੱਧ ਸਮਾਂ ਨਹੀਂ। ਥੋੜ੍ਹਾ ਜਿਹਾ ਮਨਾਂ ਨੂੰ ਟਿਕਾ ਕੇ ਬਹਿਣਾ, ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ, ਜਿਹੜੀ ਨਾਮ ਦੀ ਦਾਤ ਦਾ ਤਰਲਾ ਪਾਇਆ ਨਾ ਹੁਣੇ, ਏਡੀ ਵੱਡੀ ਇਹ ਅਮੋਲਕ ਦਾਤ, ਏਡੀ ਵੱਡੀ ਇਹ ਦਾਤ ਪਿਆਰਿਓ, ਜਦੋਂ ਸਾਡਾ ਜਨਮ ਨਹੀਂ ਨਾ ਹੋਇਆ, ਜਨਮ ਮਾਂ ਦੇ ਗਰਭ ਵਿੱਚ ਸਾਂ ਆਪਾਂ, ਮਾਂ ਦੇ ਗਰਭ ਦੇ ਵਿੱਚ, ਮਾਂ ਦੇ ਗਰਭ 'ਚ ਉਲਟੇ ਲਟਕੇ ਸਾਂ ਉਲਟੇ, ਅਤੇ ਮਾਂ ਦੇ ਗਰਭ ਦੇ ਵਿੱਚ ਅਗਨੀ ਹੈ, ਅਗਨੀ ਹੈ ਜੀ, ਉਸ ਅਗਨੀ ਤੋਂ ਵੀ ਰਾਖੀ ਸਾਡੀ ਕਿੰਨੇ ਕੀਤੀ ਹੈ ਪਰਮੇਸ਼ੁਰ ਤੇਰੇ ਨਾਮ ਨੇ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਕਈ ਕਹਿੰਦੇ ਜੀ ਮਾਂ ਦੇ ਪੇਟ 'ਚ ਅਗਨੀ ਹੈ ਹੀ ਨਹੀਂ, ਪਰ ਮਹਾਰਾਜ ਕਹਿੰਦੇ ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਸ਼ਟਾਨੀ, ਜਿਨ ਤੋਂ ਸਾਜ ਸਵਾਰ ਸਿੰਘਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਹਾਂਜੀ, ਮਾਂ ਦੇ ਗਰਭ ਦੇ ਵਿੱਚ ਜਿਹੜੀ ਅੱਗ ਹੈ ਨਾ, ਉਹਦੇ ਤੋਂ ਰਾਖੀ ਤੇਰੀ ਕਿੰਨੇ ਕੀਤੀ, ਤੂੰ ਪੁੱਠਾ ਲਟਕਦਾ ਸੈਂ ਨਾਮ ਜਪ ਰਿਹਾ ਸੀ, ਵਾਹਿਗੁਰੂ ਵਾਹਿ
ਗੁਰੂ ਵਾਹਿਗੁਰੂ 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 ਵਾਹਿਗੁਰੂ। ਉਸ ਅੱਗ ਤੋਂ ਬਚਾ ਲਿਆ ਉਸ ਪਰਮੇਸ਼ਰ ਦੇ ਨਾਮ ਨੇ, ਉਸ ਤੋਂ ਬਾਅਦ ਹੋਇਆ ਜਨਮ। ਕਿਉਂਕਿ ਜਿਹੜੀ ਦਾਤ ਮੰਗ ਰਹੇ ਪਤਾ ਹੋਵੇ ਨਾ ਉਹਦੀ ਵਡਿਆਈ ਦਾ, ਫਿਰ ਮੰਗਣ ਦਾ ਹੋਰ ਸਵਾਦ ਆਉਂਦਾ, ਹੋਰ ਆਨੰਦ ਆਉਂਦਾ। ਹੋਇਆ ਜਦੋਂ ਜਨਮ, ਅਤੇ ਜਨਮ ਹੋਣ ਤੋਂ ਬਾਅਦ ਪਿਆਰੇ ਉਹ ਸਰੀਰ ਨੂੰ ਲੱਗ ਗਿਆ ਕੋਈ ਕਸ਼ਟ, ਹਾਂਜੀ ਕੋਈ ਦੁੱਖ ਆ ਗਿਆ, ਕਸ਼ਟ ਆ ਗਏ, ਕਸ਼ਟ। ਜਦੋਂ ਉਸ ਕਸ਼ਟ ਦੇ ਵਿੱਚ ਵੀ ਤੂੰ ਪਰਮੇਸ਼ਰ ਦਾ ਨਾਮ ਸਿਮਰਨਾ ਸ਼ੁਰੂ ਕੀਤਾ, ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰਤਾ, ਉਹਨੂੰ ਪੁਕਾਰਨਾ ਸ਼ੁਰੂ ਕਰਤਾ, ਉੱਪਰ ਭੁਜਾ ਕਰ ਮੈਂ ਗੁਰੂ ਪੈ ਪੁਕਾਰਿਆ, ਆਪਣੇ ਆਪ ਨੂੰ ਸਰੈਂਡਰ ਕਰਕੇ ਗੁਰੂ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰਤੀਆਂ। ਲਿਖਿਆ ਸੀ 20 ਸਾਲ ਤੂੰ ਕਸ਼ਟ ਭੋਗਣਾ, ਪਰ ਜਦੋਂ ਤੂੰ ਨਾਮ ਦਾ ਆਸਰਾ ਲੈ ਲਿਆ, ਬੰਦਗੀ ਦਾ ਆਸਰਾ ਲੈ ਲਿਆ, ਉਹ 20 ਸਾਲਾਂ ਦਾ ਕਸ਼ਟ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ 20 ਮਿੰਟਾਂ 'ਚ ਮਿਟਾ ਦਿੱਤਾ। ਬੋਲੇ ਸੋਨਹਾਲ, ਨਾਮ ਦੇ ਵਿੱਚ ਬੜੀ ਤਾਕਤ ਹੈ, ਬੜੀ ਤਾਕਤ, ਬੜੀ ਤਾਕਤ। ਜਿੱਥੇ ਆ ਕੇ ਦੁਨਿਆਵੀ ਡਾਕਟਰਾਂ ਦੀਆਂ ਦਵਾਈਆਂ ਫੇਲ ਹੋ ਜਾਂਦੀਆਂ ਨਾ, ਨਾਮ ਦੀ ਦਵਾਈ ਉੱਥੇ ਵੀ ਕੰਮ ਕਰਦੀ ਹੈ, ਉੱਥੇ ਵੀ। ਇਹਦਾ ਮਤਲਬ ਇਹ ਨਹੀਂ ਦਵਾਈ ਖਾਣੀ ਨਹੀਂ, ਇਹ ਗਲਤ ਸਿੱਖਿਆ ਨਹੀਂ ਲੈਣੀ, ਦਵਾਈ ਖਾਣੀ ਪਰ ਆਸਰਾ ਖਾਣ ਲੱਗਿਆਂ ਗੁਰੂ ਰਾਮਦਾਸ ਦਾ ਤੱਕਣਾ। ਮਹਾਰਾਜ ਦਵਾਈ ਵੀ ਅਸਰ ਤਾਂ ਕਰੇਗੀ ਜੇ ਤੇਰੀ ਕਿਰਪਾ ਵਿੱਚ ਸ਼ਾਮਲ ਹੋਏਗੀ, ਨਹੀਂ ਤਾਂ ਦਵਾਈਆਂ ਵੀ ਅਸਰ ਨਹੀਂ ਜੇ ਕਰਦੀਆਂ। ਸੱਚਾਈ ਹੈ, ਸੱਚਾਈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਉਹਨਾਂ ਦੇ ਪਿਤਾ ਜੀ ਬਿਮਾਰ ਹੋਏ, ਬਚਪਨ ਦੀ ਉਹਨਾਂ ਦੀ ਵਾਰਤਾ ਹੈ ਭਾਈ ਰਣਧੀਰ ਸਿੰਘ ਜੀ ਦੀ, ਅਖੰਡ ਕੀਰਤਨੀ ਜੱਥੇ ਦੇ ਗੁਰੂ ਕੇ ਲਾਲ ਰੰਗੀ ਰੂਹ। ਪਿਤਾ ਜੀ ਹੋਏ ਬਿਮਾਰ, ਅਤੇ ਜਿਹੜਾ DMC ਹਸਪਤਾਲ ਹੈ ਨਾ, CMC ਹਸਪਤਾਲ ਲੁਧਿਆਣੇ, ਉੱਥੇ ਦਾਖਲ ਕਰਵਾਇਆ। ਗੱਲ ਸੁਣਿਆ, ਜਦੋਂ ਉੱਥੇ ਦਾਖਲ ਕਰਵਾਇਆ, ਬਿਮਾਰੀ ਕੀ ਸੀ, ਪੇਟ ਦੇ ਵਿੱਚ ਪਾਣੀ ਭਰ ਜਾਂਦਾ ਸੀ, ਡਾਕਟਰ ਇਲਾਜ ਨਾਲ ਜਿੰਨਾ ਕੁ ਪਾਣੀ ਕੱਢਦੇ ਸੀ 5-7 ਮਿੰਟਾਂ 'ਚ ਫਿਰ ਗੁਬਾਰੇ ਵਾਂਗੂ ਪੇਟ ਫੁੱਲ ਜਾਂਦਾ ਸੀ ਪਾਣੀ ਦੇ ਨਾਲ, ਇਹ ਬਿਮਾਰੀ। 2-4 ਦਿਨ ਡਾਕਟਰਾਂ ਨੇ ਇਲਾਜ ਕੀਤਾ, ਅਤੇ 2-4 ਦਿਨਾਂ ਬਾਅਦ ਕੀ ਕਹਿੰਦੇ, ਕਹਿੰਦੇ ਬੇਟਾ ਤੂੰ ਆਪਣੇ ਪਿਤਾ ਜੀ ਨੂੰ ਲੈ ਜਾ, ਅਸੀਂ ਇਲਾਜ ਦੇ ਨਾਲ ਜਿੰਨਾ ਕੁ ਪਾਣੀ ਕੱਢਦੇ ਹਾਂ ਬਾਹਰ, ਪਤਾ ਨਹੀਂ ਕਿਹੋ ਜਿਹੀ ਬਿਮਾਰੀ, ਫਿਰ ਪਾਣੀ ਉਸ ਤੋਂ ਵੀ ਵੱਧ ਭਰ ਜਾਂਦਾ, ਸਾਡੇ ਹੱਥ ਖੜ੍ਹੇ ਨੇ, ਸ਼ਾਮ ਤੱਕ ਇਹਨਾਂ ਨੂੰ ਲੈ ਜਾ। ਡਾਕਟਰ ਤਾਂ ਕਹਿ ਕੇ ਚਲੇ ਗਏ, ਪਰ ਭਾਈ ਰਣਧੀਰ ਸਿੰਘ ਜੀ ਦਾ ਚਿਹਰਾ ਥੋੜ੍ਹਾ ਉਦਾਸ ਹੋ ਗਿਆ। ਕਰੀਏ ਕੀ, ਬਾਪ ਹੈ, ਕੀ ਕੀਤਾ ਜਾਵੇ, ਉਦਾਸੀ 'ਚ ਬੈਠੇ ਨੇ। ਅਤੇ ਇਹਨੇ ਨੂੰ ਆਏ ਸੰਤ ਹੀਰਾ ਸਿੰਘ ਜੀ ਪਤਾ ਲੈਣ। ਜਦੋਂ ਚਿਹਰਾ ਉਦਾਸ ਵੇਖਿਆ ਤਾਂ ਭਾਈ ਰਣਧੀਰ ਸਿੰਘ ਜੀ ਨੂੰ ਕਹਿੰਦੇ, ਬੇਟਾ ਜੀ ਚਿਹਰਾ ਕਿਉਂ ਉਦਾਸ? ਕਹਿੰਦੇ ਅੱਜ ਪਿਤਾ ਜੀ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ। ਅਤੇ ਸੰਤ ਹੀਰਾ ਸਿੰਘ ਹੱਸ ਪਏ, ਕਹਿੰਦੇ ਡਾਕਟਰਾਂ ਨੇ ਜਵਾਬ ਦਿੱਤਾ ਹੈ ਨਾ, ਗੁਰੂ ਰਾਮਦਾਸ ਨੇ ਜਵਾਬ ਤਾਂ ਨਹੀਂ ਨਾ ਦਿੱਤਾ ਜੀ। ਵੇਖੋ ਪਿਆਰ ਭਰਨ ਵਾਲਾ, ਇਸ਼ਕ ਭਰਨ ਵਾਲਾ ਕਿਵੇਂ ਰੰਗ ਲਾ ਦਿੰਦਾ ਇੱਕ ਬਚਨ ਵਿੱਚ ਹੀ, ਇੱਕ ਬਚਨ 'ਚ। ਕਹਿੰਦੇ ਡਾਕਟਰਾਂ ਨੇ ਜਵਾਬ ਦਿੱਤਾ ਹੈ ਨਾ, ਗੁਰੂ ਰਾਮਦਾਸ ਨੇ ਜਵਾਬ ਥੋੜ੍ਹੀ ਦਿੱਤਾ। ਕਹਿੰਦੇ ਸਮਝੇ ਨਹੀਂ। ਕਹਿੰਦੇ ਦਵਾਈਆਂ ਦਿੱਤੀਆਂ? ਕਹਿੰਦੇ ਬੜੀਆਂ ਦਵਾਈਆਂ ਦਿੱਤੀਆਂ। ਕਹਿੰਦੇ ਨਾਮ ਦੀ ਦਵਾਈ ਦਿੱਤੀ ਨਾਲ? ਕਹਿੰਦੇ ਉਹ ਨਹੀਂ ਦਿੱਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਸੰਤ ਹੀਰਾ ਸਿੰਘ ਜੀ ਕਹਿੰਦੇ ਜਿਹੜੀ ਡਾਕਟਰ ਨੇ ਦਵਾਈ ਦਿੱਤੀ ਉਹ ਵੀ ਖਵਾ, ਪਰ ਇੱਕ ਨਾਮ ਦੀ ਦਵਾਈ ਵੀ ਨਾਲ ਖਵਾਉਣੀ ਸ਼ੁਰੂ ਕਰ ਦੇ।
ਜੀ ਕਿਹੜੀ ਦਵਾਈ? ਕਹਿੰਦੇ ਪਿਤਾ ਜੀ ਦੇ ਸਿਰਹਾਣੇ ਵਾਲੇ ਪਾਸੇ ਮੁੱਖ ਕਰਕੇ ਬਹਿ ਜਾਓ, ਪੰਜ ਪਾਠ ਕਰੋ ਸ੍ਰੀ ਜਪਜੀ ਸਾਹਿਬ ਦੇ, ਅਤੇ ਜਦੋਂ ਇੱਕ ਪਾਠ ਹੋ ਜਾਏ ਨਾ ਜਪਜੀ ਸਾਹਿਬ ਦਾ, ਅਤੇ ਉਸ ਤੋਂ ਬਾਅਦ ਪੜ੍ਹੋ ਪੰਜ ਵਾਰੀ, ਦਸ ਵਾਰੀ, ਤੇਰ੍ਹਾਂ ਵਾਰੀ, ਪੰਦਰਾਂ ਵਾਰੀ, ਜਿੰਨੀ ਵਾਰੀ ਦਿਲ ਕਰੇ ਮਨ ਭਿੱਜੇ, ਉਸ ਤੋਂ ਬਾਅਦ ਪੜ੍ਹੋ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਇਹ ਨਾਮ ਦੀ ਦਵਾਈ ਦੇ ਦਿੱਤੀ, ਕਹਿੰਦੇ ਇੱਦਾਂ ਪੰਜ ਪਾਠਾਂ ਦੀ ਹਾਜ਼ਰੀ ਲਾਓ, ਆਪੇ ਭਲੀ ਕਰਨਗੇ ਗੁਰੂ ਹਰਿਕ੍ਰਿਸ਼ਨ ਸਾਹਿਬ। ਨਾਮ ਦੀ ਦਵਾਈ ਦੇ ਕੇ ਸੰਤ ਹੀਰਾ ਸਿੰਘ ਚਲੇ ਗਏ, ਅਤੇ ਭਾਈ ਰਣਧੀਰ ਸਿੰਘ ਜੀ ਨੇ ਇੱਦਾਂ ਹੀ ਕੀਤਾ, ਪਿਤਾ ਜੀ ਦੇ ਸਿਰਹਾਣੇ ਵਾਲੇ ਪਾਸੇ ਮੁੱਖ ਕਰਕੇ ਬਹਿ ਕੇ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ, ਅਤੇ ਪਾਠ ਕਰਨ ਤੋਂ ਬਾਅਦ ਕੀ ਪੜ੍ਹਦੇ ਨੇ ਪੜ੍ਹਿਓ, ਮੇਰੀ ਬੇਨਤੀ, ਆਪਣੀਆਂ ਆਪਣੀਆਂ ਦੁੱਖਾਂ ਦੀਆਂ ਪੰਡਾਂ ਰੱਖਦੇ ਹੋ ਅੱਜ ਬਾਪੂ ਦੇ ਅੱਗੇ, ਜਿਹੜਾ ਵੀ ਕੋਈ ਦੁੱਖ, ਜਿਹੜੀ ਵੀ ਪਰੇਸ਼ਾਨੀ ਹੈ ਨਾ, ਅਰਜ਼ੀ ਅੱਜ ਲਾ ਦਿਓ, ਬਾਪੂ ਕਬੂਲ ਲੈ, ਕਬੂਲ ਲੈ, ਮੈਂ ਹਾਰ ਗਈ ਹਾਂ, ਮੈਂ ਹਾਰ ਗਿਆ। ਕਈ ਆਪਣੇ ਸਰੀਰ ਤੋਂ ਹਾਰ ਜਾਂਦੇ ਨੇ, ਕਈ ਆਪਣੇ ਮਨ ਤੋਂ ਹਾਰ ਜਾਂਦੇ ਨੇ, ਹਾਂਜੀ, ਕਈ ਬਾਹਰੀ ਦੁਸ਼ਮਣਾਂ ਤੋਂ ਹਾਰਦੇ ਨੇ, ਕਈ ਅੰਦਰਲੇ ਦੁਸ਼ਮਣਾਂ ਤੋਂ ਹਾਰ ਜਾਂਦੇ ਨੇ, ਹਾਂਜੀ, ਕਦੀ ਕਾਮ ਹੈਵੀ ਹੋ ਗਿਆ, ਕਦੀ ਕ੍ਰੋਧ ਹੈਵੀ ਹੋ ਗਿਆ, ਕਦੀ ਵਿਕਾਰਾਂ ਨੇ ਆ ਕੇ ਘੇਰਾ ਪਾ ਲਿਆ, ਕਦੀ ਝੂਠ ਨੇ ਪਾ ਲਿਆ, ਕਦੀ ਲੋਭ ਨੇ ਪਾ ਲਿਆ, ਕਦੀ ਲਾਲਚ ਨੇ ਪਾ ਲਿਆ। ਮਹਾਰਾਜ ਮੈਂ ਹਾਰ ਗਿਆ, ਹਾਰ ਗਿਆ, ਸੱਚ ਕਹਿਣਾ ਮੈਂ ਹਾਰ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੰਦਰੋਂ ਤੁਸੀਂ ਵੀ ਕਹਿ ਦਿਓ, ਸੱਚੀ ਮਹਾਰਾਜ ਮੈਂ ਹਾਰ ਗਿਆ, ਮੈਂ ਸਰੰਡਰ ਕਰਤਾ, ਅਰਜ਼ੀ ਲਾਤੀ ਹੈ ਤੇਰੇ ਚਰਣਾਂ 'ਚ, ਕਰ ਲੈ ਕਬੂਲ। ਦੁੱਖਾਂ ਦੀਆਂ ਪੰਡਾਂ 'ਚ ਰੱਖਦੇ ਹੋ, ਜਿਹੜਾ ਵੀ ਦੁੱਖ ਹੈ ਨਾ, ਅੱਜ ਪੰਡਾਂ ਰੱਖੋ ਅੱਗੇ, ਅਤੇ ਜੋ ਉਹ ਪੜ੍ਹਦੇ ਨੇ ਭਾਈ ਰਣਧੀਰ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਪੜ੍ਹਿਓ ਜੀ ਸਾਰੇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਹਰ
ਬੋਲੋ ਸ਼੍ਰੀ ਹਰਿ ਕ੍ਰਿਸ਼ਨ ਸਾਰੇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਆਨੰਦ ਤੇ ਉਦੋਂ ਹੀ ਆਏਗਾ ਨਾ ਜਦੋਂ ਦਵਾਈ ਖਾਓਗੇ ਨਾਮ ਦੀ, ਬਾਣੀ ਦੀ ਦਵਾਈ ਖਾਓਗੇ, ਪੜੋਗੇ ਵੀ ਤੇ ਬਾਣੀ ਨੂੰ ਮੰਨੋਗੇ ਵੀ, ਆਨੰਦ ਤੇ ਉਦੋਂ ਬਣਨਾ। ਇੱਕ ਪਾਠ ਕੀਤਾ, ਫਿਰ ਪੜਿਆ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਕਿੰਨੀ ਵਾਰੀ ਪੜਿਆ ਏ ਤੇ ਉਹ ਹੀ ਜਾਣਨ। ਫਿਰ ਦੂਜਾ ਪਾਠ, ਤੀਜਾ, ਚੌਥਾ, ਪੰਜਵਾਂ ਪਾਠ, ਤੇ ਪੰਜਵੇਂ ਪਾਠ ਤੋਂ ਬਾਅਦ ਜਦੋਂ ਇੱਥੇ ਆਏ ਨਾ, ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ, ਨੇਤਰਾਂ ਚੋਂ ਜਲ ਵਹਿ ਰਿਹਾ ਪਿਆਰ ਦੇ ਵਿੱਚ। ਮਹਾਰਾਜ ਕਿਰਪਾ ਕਰਦੇ, ਕਮਾਈ ਵਾਲਿਆਂ ਦਾ ਵਾਸਤਾ ਹੀ ਉਹ ਵਿਚੋਲੇ ਬਣੇ ਹੀ ਹੈਂਜੀ। ਕਿਰਪਾ ਕਰਦੇ, ਮੇਰੇ ਬਾਪ ਦੀ ਸਿਹਤ ਰਾਜੀ ਕਰਦੇ। ਅੰਦਰੋਂ ਅਰਦਾਸਾਂ ਚੱਲਦੀਆਂ, ਨਾਲ ਪੜ੍ਹੀ ਜਾਂਦੇ ਸ੍ਰੀ ਹਰਿਕ੍ਰਿਸ਼ਨ ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ। ਹੁਣ 2 ਮਿੰਟ ਪੜ੍ਹਿਆ, 5 ਮਿੰਟ ਪੜ੍ਹਿਆ, 20 ਮਿੰਟ, ਅੱਧਾ ਘੰਟਾ, ਕਿੰਨਾ ਸਮਾਂ ਏ ਤੇ ਉਹੀ ਜਾਣਨ। ਪਰ ਪਿਆਰ 'ਚ ਪੜ੍ਹੀ ਜਾਂਦੇ, ਨੇਤਰਾਂ 'ਚੋਂ ਚੱਲ ਵਹੀ ਜਾਂਦਾ ਹੈ। ਅਤੇ ਬਾਬਾ ਆਨੰਦ ਸਿੰਘ ਜੀ ਦਾ ਵਚਨ ਹੈ, ਕਹਿੰਦੇ ਅੰਦਰੋਂ ਬੈਰਾਗ ਆਇਆ ਹੋਵੇ ਨਾ ਅੰਦਰੋਂ, ਅਤੇ ਉਹ ਜਦੋਂ ਅੱਖਾਂ ਥਾਣੀ ਛਲਕਦਾ ਹੈ ਨਾ ਬਾਹਰ,
ਤੇ ਕਹਿੰਦੇ ਬੈਰਾਗ ਦੇ ਵਿੱਚ ਆਇਆ ਇੱਕ ਅਥਰੂ ਵੀ ਤੇਰੇ ਕਈ ਜਨਮਾਂ ਦੀ ਮੈਲ ਨੂੰ ਲਾਉਣ ਦੀ ਪਾਵਰ ਰੱਖਦਾ ਹੈ। ਸ਼ੁਕਰਾਨੇ ਅਥਰੂ ਜਾਣ ਬੁੱਝ ਕੇ ਨਾ ਆਉਣ ਕਿ ਚਾਰ ਬੰਦੇ ਮੈਨੂੰ ਵੇਖ ਰਹੇ ਨੇ, ਨਹੀਂ ਉਹਦੇ ਪ੍ਰੇਮ ਦੇ ਵਿੱਚ ਆ ਜਾਣ, ਪ੍ਰੇਮ ਦੇ ਵਿੱਚ ਸਾਰੇ ਪਾਪ ਤੁਹਾਡੇ ਧੋਤੇ ਜਾਂਦੇ, ਉਦੋਂ ਫਿਰ ਕਲੀਅਰ ਹੋ ਜਾਂਦੇ ਤੁਸੀਂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਹੁਣ ਜਦੋਂ ਕੁਝ ਮਿੰਟਾਂ ਬਾਅਦ ਨੇਤਰ ਖੁੱਲੇ ਤੇ ਕੀ ਵੇਖਦੇ ਨੇ, ਪਿਤਾ ਜੀ ਦਾ ਜਿਹੜਾ ਪੇਟ ਹੈ ਨਾ ਲੱਕ ਦੇ ਨਾਲ ਲੱਗਿਆ ਪਿਆ, ਪਾਣੀ ਸਾਰਾ ਨਿਕਲਿਆ ਪਿਆ। ਇਹਨੇ ਨੂੰ ਡਾਕਟਰ ਆ ਗਏ, ਬੇਟਾ ਤੈਨੂੰ ਕਿਹਾ ਸੀ ਆਪਣੇ ਪਿਤਾ ਜੀ ਨੂੰ ਲੈ। ਅਜੇ ਇੰਨੀ ਗੱਲ ਕਰਦੇ ਹੀ ਨੇ ਕੀ ਵੇਖਦੇ, ਪਿਤਾ ਜੀ ਦਾ ਇਹਨਾਂ ਦੇ ਪੇਟ 'ਤੇ ਲੱਕ ਨਾਲ ਲੱਗਿਆ। ਪਾਣੀ ਅਸੀਂ ਕੱਢਦੇ ਸਾਂ ਪਰ ਦੁਬਾਰਾ ਭਰਦਾ ਸੀ, ਪਰ ਇਹ ਹੁਣ ਦੁਬਾਰਾ ਨਹੀਂ ਭਰਿਆ, ਪੇਟ ਲੱਕ ਨਾਲ ਲੱਗਿਆ ਪਿਆ। ਅਤੇ ਉਸ ਵੇਲੇ ਡਾਕਟਰ ਕਹਿੰਦੇ ਕਾਕਾ ਇਹ ਕੀ ਕੀਤਾ ਜੀ, ਇਹ ਕੀ ਕਵਤਕ ਵਰਤਿਆ। ਅਤੇ ਉਸ ਵੇਲੇ ਭਾਈ ਰਣਧੀਰ ਸਿੰਘ ਜੀ ਦੇ ਹੱਥ ਜੁੜ ਗਏ ਬਚਪਨ ਦੀ ਉਮਰ, ਕਹਿਣ ਲੱਗੇ ਡਾਕਟਰ ਸਾਹਿਬ ਇਹ ਕੁਝ ਹੋਰ ਨਹੀਂ ਵਰਤਿਆ, ਸੰਤ ਹੀਰਾ ਸਿੰਘ ਜੀ ਜਿਹੜੀ ਨਾਮ ਦੀ ਦਵਾਈ ਦੇ ਗਏ, ਇਹ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਨਾਮ ਦੀ ਦਵਾਈ ਦਾ ਸਦਕਾ ਮੇਰੇ ਪਿਤਾ ਜੀ ਦਾ ਰੋਗ ਰਾਜੀ ਕਰ ਦਿੱਤਾ। ਵੇਖੋ ਡਾਕਟਰ ਵੀ ਜਵਾਬ ਦੇ ਦੇਣ, ਘਬਰਾਓ ਨਾ, ਸਰੀਰ ਇਹ ਸੁੱਖ ਦੁੱਖ ਚੱਲਦੇ ਨੇ, ਘਬਰਾਓ ਨਾ, ਚੁਪਹਿਰਿਆਂ ਵਿੱਚ ਹਾਜ਼ਰੀ ਭਰਨੀ ਸ਼ੁਰੂ ਕਰਦੇ ਹੋ ਜੀ, ਅੰਮ੍ਰਿਤ ਵੇਲੇ ਭੱਜ ਭੱਜ ਕੇ ਗੁਰੂ ਘਰਾਂ 'ਚ ਜਾਣਾ ਸ਼ੁਰੂ ਕਰਦੇ ਹੋ, ਉਹ ਗੁਰੂ ਦੇ ਬੂਹੇ ਖੜਕਾਓ ਗੁਰੂ ਦੇ, ਕਿਤੇ ਮੁਸੀਬਤ ਬਣ ਜੇ ਬੰਦਾ ਵੱਡੇ ਦਾ ਆਸਰਾ ਲੈਂਦਾ ਹੈ। ਉਹ ਗੁਰੂ ਰਾਮਦਾਸ ਤੋਂ ਵੱਡਾ ਕੌਣ ਹੈ, ਬਾਬਾ ਦੀਪ ਸਿੰਘ ਤੋਂ ਵੱਡਾ ਕੌਣ ਹੈ ਜੀ। ਜਦੋਂ ਕੋਈ ਮੁਸ਼ਕਲ ਆ ਜਾਵੇ ਉਦੋਂ ਬੰਦਾ ਕਹਿੰਦਾ ਫਲਾਣੇ ਬੰਦੇ ਦੀ ਵੱਖ ਵੀ ਲੱਭਦੇ ਆ, ਉਹ ਬੰਦਾ ਵੱਡਾ, ਉਹ ਮੇਰੀ ਮਦਦ ਕਰ ਸਕਦਾ, ਉਹ ਦੁਨਿਆਵੀ ਆਸਰੇ ਕਈ ਵਾਰੀ ਪਿੱਠ ਵਿਖਾ ਜਾਂਦੇ ਜੇ, ਪਰ ਆਸਰਾ ਲਓ ਉਹਦਾ ਜਿਹੜਾ ਕਦੀ ਪਿੱਠ ਵਿਖਾਉਂਦਾ ਹੀ ਨਹੀਂ ਜੀ। ਡਾਕਟਰ ਜਵਾਬ ਵੀ ਦੇ ਦੇਣਾ ਕੋਈ ਹਉਮੇ ਵੱਸ ਨਹੀਂ, ਉਸ ਵੇਲੇ ਮਨ 'ਚ ਇੰਨਾ ਹੀ ਕਹਿਣਾ ਬਾਪੂ ਡਾਕਟਰਾਂ ਨੇ ਜਵਾਬ ਦੇ ਤੇ ਪਰ ਤੂੰ ਨਾ ਦੇਵੀਂ, ਤੂੰ ਨਾ ਦੇਵੀਂ ਜੀ, ਤੇਰੇ ਹੀ ਆ, ਤੇਰਾ ਹੀ ਪਰਿਵਾਰ ਹੈ, ਤੇਰੇ ਹੀ ਆ, ਤੂੰ ਕਿਰਪਾ ਕਰੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪੇਪਰ ਪਾ ਹੀ ਦਿੱਤਾ ਹੀ ਨਾ, ਪੇਪਰ ਪਾ ਹੀ ਦਿੱਤਾ ਹੀ, ਤੇ ਹੁਣ ਉਹਦੇ 'ਚ ਬਹਿਣ ਦੀ ਤਾਕਤ ਵੀ ਦੇਵੀਂ ਤੇ ਪਾਸ ਵੀ ਕਰਾ ਦੇਵੀਂ, ਕਿਰਪਾ ਕਰ ਦੇਵੀਂ। ਸੰਤ ਸੁਜਾਨ ਸਿੰਘ ਜੀ ਉਹਨਾਂ ਦੇ ਮੈਂ ਬਚਨ ਸੁਣ ਰਿਹਾ ਸਾਂ, ਕਹਿੰਦੇ ਜਦੋਂ ਟੀਚਰ ਪੜ੍ਹਾਈ ਕਰਾਉਂਦਾ ਨਾ ਬੱਚੇ ਨੂੰ ਕਲਾਸ ਵਿੱਚ, ਮੰਨ ਲਓ ਦਸਵੀਂ ਕਲਾਸ 'ਚ ਬੱਚਾ ਪੜ੍ਹਦਾ, ਇੱਕ ਐਗਜ਼ਾਮਪਲ ਦੇ ਰਿਹਾ, ਦਸਵੀਂ ਦੀ ਸਾਰੀ ਪੜ੍ਹਾਈ ਕਰਾਈ, ਵੱਖ ਵੱਖ ਟੀਚਰਾਂ ਨੇ ਆ ਕੇ ਮੈਥ ਵਾਲੇ ਨੇ ਮੈਥ ਪੜ੍ਹਾਤਾ, ਸਾਇੰਸ ਵਾਲੇ ਨੇ ਸਾਇੰਸ ਪੜ੍ਹਾਤੀ, ਇੰਗਲਿਸ਼ ਵਾਲੇ ਨੇ ਇੰਗਲਿਸ਼, ਸਿਲੇਬਸ ਕਰਵਾਤਾ ਕਵਰ। ਅਤੇ ਜਦੋਂ ਆਏ ਫਾਈਨਲ ਐਗਜ਼ਾਮ, ਹੁਣ ਬਾਹਰੋਂ ਤਾਂ ਨਹੀਂ ਨਾ ਆਏ ਪੇਪਰ, ਜੋ ਪੜ੍ਹਾਇਆ ਟੀਚਰ ਨੇ ਉਹਦੇ ਵਿੱਚੋਂ ਹੀ ਆਇਆ ਪੇਪਰ, ਸਾਰਾ ਸਾਲ ਟੀਚਰ ਪੜ੍ਹਾਉਂਦਾ ਰਿਹਾ, ਪਰ ਜਦੋਂ ਇਮਤਿਹਾਨ ਦਾ ਵੇਲਾ ਆਇਆ ਉਹੀ ਸਵਾਲ ਆਏ, ਬੱਚਾ ਜਦੋਂ ਹੱਲ ਕਰਨ ਦੇ ਵਿੱਚ ਉਹਨੂੰ ਮੁਸ਼ਕਲ ਆ ਰਹੀ ਨਾ, ਟੀਚਰ ਖਲੋਤਾ ਨੇੜੇ ਹੀ ਹੈ, ਨੇੜੇ ਸਾਰਾ ਸਾਲ ਦੱਸਦਾ ਰਿਹਾ ਇੱਦਾਂ ਹੱਲ ਕਰਨਾ, ਇਹ ਮਸਲੇ ਦਾ ਇੱਦਾਂ ਹੱਲ, ਇਹ ਸਵਾਲ ਦਾ ਇੱਦਾਂ ਹੱਲ ਕਰਨਾ, ਇੰਗਲਿਸ਼ ਵਿੱਚ ਇੱਦਾਂ ਲਿਖੇਗਾ, ਪੰਜਾਬੀ 'ਚ ਇੱਦਾਂ ਲਿਖੇਗਾ, ਸੌਖਾ ਹੋ ਜਾਏਗਾ। ਉਹੀ ਟੀਚਰ ਜਿਹੜਾ ਸਾਰਾ ਸਾਲ ਸਮਝਾਉਂਦਾ ਰਿਹਾ,
ਪੇਪਰਾਂ ਦੇ ਵੇਲੇ ਖੜਾ ਕੋਲ ਏ, ਪਰ ਉਸ ਵੇਲੇ ਨਹੀਂ ਦੱਸ ਸਕਦਾ ਕਿਉਂਕਿ ਕਾਨੂੰਨ ਦਾ ਬਜਿਆ ਹੋਇਆ, ਖਲੋਤਾ ਕੋਲ ਹੀ ਏ, ਕੋਲ ਹੀ, ਪਰ ਉਸ ਵੇਲੇ ਦੱਸ ਨਹੀਂ ਸਕਦਾ। ਜੇ ਦੱਸਿਆ ਤਾਂ ਅਗਲੀ ਕਲਾਸ ਕਿਵੇਂ ਚੜ੍ਹੇਗਾ ਜੀ, ਅਗਲੀ ਕਲਾਸ ਕਿਵੇਂ ਚੜ੍ਹੇਗਾ? ਫਿਰ ਅਗਲੀ ਕਲਾਸ ਜੇ ਮੇਰੇ ਦੱਸਣ ਨਾਲ ਇਹਨੇ ਜੇ ਚੜ੍ਹ ਗਿਆ, ਫਿਰ ਤਾਂ ਨਲਾਇਕ ਦਾ ਨਲਾਇਕ ਹੀ ਰਹਿ ਜਾਣਾ, ਇਹਨੇ ਪੱਲੇ ਕੱਖ ਨਹੀਂ ਪੈਣਾ। ਟੀਚਰ ਖਲੋਤਾ ਕੋਲ ਹੀ ਹੁੰਦਾ ਹੈ, ਪਰ ਉਸ ਵੇਲੇ ਦੱਸਣ ਦਾ ਹੁਕਮ ਨਹੀਂ ਹੁੰਦਾ। ਸਾਰਾ ਸਾਲ ਦੱਸਦਾ, ਪਰ ਇਮਤਿਹਾਨ ਵੇਲੇ ਕੋਲ ਖਲੋਤਾ ਪਰ ਦੱਸਦਾ ਨਹੀਂ। ਸਾਨੂੰ ਵੀ ਗੁਰਬਾਣੀ ਵਾਰ ਵਾਰ ਸਿੱਖਿਆ ਦਿੰਦੀ ਸਿੱਖਿਆ ਦਿੰਦੀ, ਅਤੇ ਜਦੋਂ ਥੋੜ੍ਹਾ ਜਿੰਨਾ ਪੇਪਰ ਪਵੇ ਗੁਰੂ ਰਾਮਦਾਸ ਉਦੋਂ ਸਾਥ ਨਹੀਂ ਛੱਡਦੇ ਹੁੰਦੇ। ਬਾਬਾ ਦੀਪ ਸਿੰਘ ਨੇ ਕੋਈ ਸਾਥ ਨਹੀਂ ਛੱਡਿਆ ਹੁੰਦਾ, ਹੁੰਦੇ ਕੋਲ ਹੀ ਨੇ, ਪਰ ਵੇਖਦੇ ਨੇ। ਜੋ ਮੈਂ ਸਾਰੀ ਜ਼ਿੰਦਗੀ ਇੰਨੀ ਉਮਰ 'ਚ ਇਹਨੂੰ ਸਿਖਾਇਆ, ਇਸ ਮਸਲੇ ਦਾ ਹੱਲ ਆਪੇ ਕਿਵੇਂ ਕਰਦਾ? ਖਲੋਤੇ ਕੋਲ ਹੀ ਹੁੰਦੇ ਨੇ, ਪਰ ਉਸ ਵੇਲੇ ਨਹੀਂ ਵਰਤਦੇ ਨਾਲ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਬਾਪੂ ਜੀ ਨੂੰ ਕਹਿ ਦਿਓ, ਬਾਪੂ ਜੀ ਸਾਡੇ 'ਤੇ ਇਮਤਿਹਾਨ ਜੇ ਪਾਓ ਨਾ, ਸਾਡੇ ਕੋਲ 'ਤੇ ਖਲੋਤੇ ਹੁੰਦੇ ਸਾਨੂੰ ਤਾਂ ਪਤਾ, ਸਾਨੂੰ ਤਾਂ ਪਤਾ ਕੋਲ ਤੁਸੀਂ ਖੜ੍ਹੇ ਹੁੰਦੇ ਹੋ, ਪਰ ਅਸੀਂ ਨਲਾਇਕਾਂ ਦੇ ਵੀ ਨਲਾਇਕ ਬੱਚੇ ਹਾਂ, ਨਲਾਇਕਾਂ ਦੇ ਵੀ ਨਲਾਇਕ ਬੱਚੇ ਹਾਂ, ਅਸੀਂ ਬੜੇ ਹੀ ਥੱਲੇ ਦੇ ਬੱਚੇ ਹਾਂ। ਜਦੋਂ ਇਮਤਿਹਾਨ ਪਾਉਂਦੇ ਹੋ, ਕੋਲ ਖਲਾਉਂਦੇ ਹੋ ਨਾ, ਅਤੇ ਉਸ ਵੇਲੇ ਸਿਰ 'ਤੇ ਹੱਥ ਰੱਖ ਕੇ ਪਾਰ ਵੀ ਆਪੇ ਕਰਾ ਦੇਣਾ, ਕਰਾ ਦੇਣਾ ਪਾਰ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਉਦੋਂ ਪਾਰ ਵੀ ਆਪੇ ਕਰਾ ਦੇਣਾ। ਅਸੀਂ ਪਾਰ ਨਹੀਂ ਹੋ ਸਕਦੇ, ਅਸੀਂ ਪੜ੍ਹਾਈਆਂ 'ਚੋਂ ਫੇਲ ਸੀ, ਫੇਲ ਹਾਂ, ਫੇਲ ਹੀ ਰਹਿਣਾ ਹੈ, ਅਸੀਂ ਫੇਲ ਹਾਂ, ਮੰਨ ਲਿਆ ਫੇਲ। ਭਾਵੇਂ ਤੁਹਾਡੇ ਕਾਨੂੰਨ ਵਿੱਚ ਨਹੀਂ, ਇਮਤਿਹਾਨ ਲੈਣ ਵੇਲੇ ਤੁਸੀਂ ਨਹੀਂ ਕੁਝ ਦੱਸਣਾ, ਪਰ ਕਈ ਕੰਮ ਕਾਨੂੰਨ ਤੋਂ ਬਾਹਰ ਜਾ ਕੇ ਵੀ ਹੋ ਜਾਂਦੇ ਨੇ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੱਚਿਆਂ ਲਈ ਮਾਪੇ ਸਭ ਕੁਝ ਕਰਦੇ ਨੇ, ਸਭ ਕੁਝ, ਸਭ ਕੁਝ, ਅਤੇ ਤੁਸੀਂ ਵੀ ਭਾਵੇਂ ਇਹ ਤੁਹਾਡਾ ਕਾਨੂੰਨ ਨਹੀਂ, ਪਰ ਕਿਰਪਾ ਦਾ ਖਾਤਾ ਰੱਖਿਓ ਸਾਡੇ 'ਤੇ, ਮਿਹਰ ਦਾ ਖਾਤਾ ਰੱਖਿਓ, ਬਖਸ਼ੀਸ਼ ਦਾ ਖਾਤਾ ਰੱਖਿਓ। ਤਾਂ ਖੈਰ, ਇਹ ਨਾਮ ਦੀ ਦਵਾਈ ਏਡੀ ਪਾਵਰਫੁੱਲ ਹੈ, ਡਾਕਟਰ ਜਵਾਬ ਵੀ ਦੇ ਦੇਣ, ਘਬਰਾਉਣਾ ਨਹੀਂ, ਗੁਰੂ ਰਾਮਦਾਸ ਦੇ ਚਰਨ ਫੜ ਲਓ। ਸੁਖਮਨੀ ਸਾਹਿਬ ਦੀ ਬਾਣੀ, ਜਪਜੀ ਸਾਹਿਬ ਦੀ ਬਾਣੀ, ਚੁਪਹਿਰਿਆਂ ਵਿੱਚ ਖਾਜਰੀਆਂ, ਰਹਿਣ ਸਬਾਈਆਂ 'ਚ ਖਾਜਰੀਆਂ, ਅੰਮ੍ਰਿਤ ਵੇਣਿਆਂ 'ਚ ਖਾਜਰੀਆਂ, ਭਰੋ ਟੱਟ ਟੱਟ ਕੇ, ਅਤੇ ਮਹਾਰਾਜ ਨੂੰ ਕਹੋ, ਮਾਲਕ ਜੀ ਕਿਰਪਾ ਦਾ ਖਾਤਾ ਖੋਲ੍ਹੋ, ਜਿਵੇਂ ਹੁਣ ਤੱਕ ਬਚਾ ਕੇ ਰੱਖਿਆ ਨਾ, ਗਾਂ ਵੀ ਪੜਦੇ ਢੱਕ ਕੇ ਹੀ ਰੱਖਿਓ ਜੀ। ਤਾਂ ਖੈਰ, ਮਾਂ ਦੇ ਗਰਭ ਦੇ ਵਿੱਚ ਪੁੱਠੇ ਲਟਕਦੇ ਸਾਂ, ਰਾਖੀ ਨਾਮ, ਜਨਮ ਹੋ ਗਿਆ, ਜਨਮ ਤੋਂ ਬਾਅਦ ਕੋਈ ਸਰੀਰਕ ਰੋਗ ਲੱਗ ਗਿਆ, ਰਾਖੀ ਨਾਮ। ਹੁਣ ਮੰਨ ਲਓ ਸੰਸਾਰ ਵਿੱਚ ਵਿਚਰਦਿਆਂ ਵਿਚਰਦਿਆਂ ਗਰੀਬੀ ਆ ਗਈ, ਗਰੀਬੀ ਤੋਂ ਕੌਣ ਬਚਾਏਗਾ? ਕਰਜ਼ਿਆਂ ਵਾਲਿਆਂ ਨੇ ਬੂਹੇ ਭੰਨਣੇ ਸ਼ੁਰੂ ਕਰਤੇ, ਕੌਣ ਬਚਾਏਗਾ? ਉਦੋਂ ਵੀ ਨਾਮ ਨਹੀਂ ਬਚਾਉਣਾ, ਨਾਮ ਨਹੀਂ। ਸੁਖਮਨੀ ਸਾਹਿਬ ਦਾ ਆਸਰਾ ਲੈ ਲਓ, ਮਹਾਰਾਜ ਕਿਰਪਾ ਦਾ ਖਾਤਾ ਖੋਲ੍ਹੋ, ਮਿਹਰ ਦਾ ਖਾਤਾ ਖੋਲ੍ਹੋ, ਗਰੀਬੀ ਤੋਂ ਵੀ ਬਚਾ ਲਓ। ਸੱਚ ਕਹਿ ਰਹੇ ਹਾਂ, ਪੰਜਾਂ ਸਾਲਾਂ ਦੀ ਗਰੀਬੀ ਜੇ ਉਹ ਪੰਜਾਂ ਦਿਨਾਂ 'ਚ ਨਾ ਕੱਟੇਗਾ, ਤਾਂ ਮੈਨੂੰ ਜੋ ਮਰਜ਼ੀ ਕਹਿ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਰ ਚੁਪਹਿਰੇ ਨਾ ਛੱਡਿਓ। ਜਿਹੜੇ ਜਿੰਨਾ ਮਰਜ਼ੀ ਰੌਲਾ ਪਾਈ ਜਾਣ, ਪਾਈ ਜਾਣ, ਉਹਨਾਂ ਦਾ ਕੰਮ ਹੈ, ਪਰ ਅਸੀਂ ਤੇਰੇ ਚਰਨ ਨਹੀਂ ਛੱਡਣੇ ਜੀ। ਹੁਣ ਗਰੀਬੀ ਤੋਂ ਰਾਖੀ ਕੀਤੀ ਨਾਮ ਨੇ,
ਹੁਣ ਹੋ ਗਈ ਜੀ ਚੜ੍ਹਦੀ ਕਲਾ। ਜਦੋਂ ਚੜ੍ਹਦੀ ਕਲਾ ਹੋਈ ਤੇ ਨਿੰਦਿਆ ਕਰਨ ਵਾਲੇ ਆ ਗਏ, ਨਿੰਦਿਆ ਕਰਨ ਵਾਲੇ। ਵੱਡੀ ਭਗਤਨੀ ਬਣੀ ਫਿਰਦੀ ਹੈ, ਵੱਡਾ ਭਗਤ ਬਣਿਆ ਫਿਰਦਾ, ਇਹ ਤੇ ਆਪਣੀ ਆਕੜ 'ਚ ਹੀ ਰਹਿੰਦਾ। ਆਕੜ ਕੀਤੀ ਨੀ ਬੰਦੇ ਨੇ, ਵੈਸੇ ਗੱਲਾਂ ਬਣ ਗਈਆਂ, ਨਿੰਦਿਆ ਐਵੇਂ ਸ਼ੁਰੂ ਹੋ ਗਈ ਐਵੇਂ। ਹੁਣ ਨਿੰਦਕਾਂ ਦੀਆਂ ਲੱਗ ਗਈਆਂ ਭੀੜਾਂ, ਨਿੰਦਕ ਆ ਗਏ ਸਾਰੇ ਡੇਗਣ ਲਈ। ਇਹਨੂੰ ਛੱਡਣਾ ਹੀ ਨਹੀਂ, ਇਹਨੂੰ ਤੇ ਜਾਨੋ ਹੀ ਮਾਰ ਦੇਣਾ। ਜਿਹੜਾ ਇਹਦਾ ਮੇਨ ਕੰਮ ਹੈ ਨਾ, ਉਸ ਮੋਟਿਵ ਤੋਂ ਇਹਦਾ ਧਿਆਨ ਇੱਧਰ ਉੱਧਰ ਕਰ ਦੇਣਾ। ਨਿੰਦਕਾਂ ਨੇ ਜ਼ੋਰ ਲਾਉਣਾ ਸ਼ੁਰੂ ਕਰਤਾ ਤੇ ਹੋਇਆ ਕੀ ਪਤਾ ਕੀ? ਉਸ ਵੇਲੇ ਕੀ ਹੋਇਆ? ਉਹ ਗੁਰਮੁਖ ਜਣਾ ਨੇ ਹੋਰ ਕੁਝ ਨਹੀਂ ਕੀਤਾ, ਜਦੋਂ ਨਿੰਦਕਾਂ ਨੇ ਢਾਹ ਲਾਉਣੀ ਸ਼ੁਰੂ ਕੀਤੀ ਨਾ, ਉਦੋਂ ਵੀ ਕਹਿਣਾ ਸ਼ੁਰੂ ਕੀਤਾ, ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ, ਰੱਖ ਲੈ ਦਾਤਿਆ। ਉਦੋਂ ਕਹਿਣਾ ਸ਼ੁਰੂ ਕਰਤਾ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾ। ਉਦੋਂ ਕਹਿਣਾ ਸ਼ੁਰੂ ਕਰਤਾ, ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੂ ਬਾਪ ਬੀਠਲਾ ਬਾਂਦੇ। ਮਹਾਰਾਜ ਤੂੰ ਰੱਖ, ਨਿੰਦਕਾਂ ਤੋਂ ਵੀ ਬਚਾ ਲੈ, ਬਚਾ ਤੇ ਸੱਚਾਈ ਏ। ਜਦੋਂ ਉਦੋਂ ਵੀ ਨਾਮ ਦਾ ਆਸਰਾ ਲਿਆ, ਬਾਣੀ ਦਾ ਆਸਰਾ ਲਿਆ, ਨਿੰਦਕਾਂ ਨੇ ਜ਼ੋਰ ਲਾਇਆ ਡੇਗਣਾ, ਨਿੰਦਕਾਂ ਨੇ ਜ਼ੋਰ ਲਾਇਆ ਇਹਦਾ ਰਹਿਣ ਕੱਖ ਨਹੀਂ ਦੇਣਾ। ਉਹ ਜਿੰਨਾ ਜ਼ੋਰ ਲਾਉਂਦੇ ਇਹਦਾ ਰਹਿਣ ਕੱਖ ਨਹੀਂ ਦੇਣਾ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਹੋਰ ਚੜ੍ਹਦੀ ਕਲਾ ਕਰੀ ਜਾ ਰਹੇ, ਹੋਰ ਚੜ੍ਹਦੀ ਕਲਾ। ਸਤਿ ਸ੍ਰੀ ਅਕਾਲ। ਉਹ ਕਹਿੰਦੇ ਇਹਦਾ ਨਾਮ ਰਹਿਣ ਨਹੀਂ ਦੇਣਾ। ਗੁਰੂ ਰਾਮਦਾਸ ਕਹਿੰਦੇ ਘਰ ਘਰ 'ਚ ਇਹਦਾ ਨਾਮ ਮੈਂ ਪਹੁੰਚਾਉਣਾ ਹੈ, ਲਾ ਲਓ ਜ਼ੋਰ। ਹਾਂਜੀ, ਨਿੰਦਕ ਕਹਿੰਦੇ ਇਹਨੂੰ ਕਿਸੇ ਜੋਗਾ ਨਹੀਂ ਛੱਡਣਾ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਕਹਿੰਦੇ ਤੁਸੀਂ ਕਹਿੰਦੇ ਕਿਸੇ ਜੋਗਾ ਨਹੀਂ ਛੱਡਣਾ, ਇਹਨੂੰ ਇਹੋ ਜਿਹਾ ਬਣਾ ਦੇਣਾ, ਇਹਦੀਆਂ ਝੋਲੀਆਂ ਨਹੀਂ ਭਰਨੀਆਂ, ਇਹਦੀ ਜਿਹਦੇ ਵੱਲ ਅੱਖ ਭਰ ਕੇ ਵੀ ਵੇਖ ਲਿਆ ਕਰੇਗਾ, ਝੋਲੀਆਂ ਉਹਦੀਆਂ ਵੀ ਭਰ ਜਿਆ ਕਰਨਗੀਆਂ। ਬੋਲੇ ਸੋਨਿਹਾਲ, ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਮੇ ਅੱਗੇ ਆਣ ਨਿਵਾਏ। ਨਿੰਦਕਾਂ ਤੋਂ ਬਚਾ ਲਿਆ ਨਾਮ ਨੇ, ਕੁਝ ਹੋਰ ਨਹੀਂ ਨਾ ਕਰ ਸਕਦੇ। ਅਨਪੜ੍ਹੋ ਕੋਰੇ ਨਹੀਂ ਸਮਾਂ, ਕੋਈ ਮਜਬੂਰੀ ਏ, ਇਹਨਾਂ ਤੇ ਕਰ ਸਕਦੇ ਆ ਨਾ? ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਇਹਨਾਂ ਤੇ ਕਰ ਸਕਦੇ ਆ ਕਿ ਨਹੀਂ ਦੱਸੋ? ਇਹਨਾਂ ਤੇ ਕਹਿ ਸਕਦੇ ਆ ਨਾ? ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ, ਆ ਗਈ ਜੇ ਮੁਸ਼ਕਿਲ, ਪੈ ਗਈ ਜੇ ਭਸੂੜੀ, ਇਹਦੇ ਡੇਗਣ ਆ ਗਏ ਨੇ ਮੈਨੂੰ, ਇਹਨਾਂ ਨੇ ਜ਼ੋਰ ਲਾਤਾ ਡੇਗਣ ਦਾ। ਪਰ ਗੁਰੂ ਰਾਮਦਾਸ ਤੈਨੂੰ ਪਤਾ ਮੇਰੇ ਅੰਦਰ ਦੀ ਸੱਚਾਈ ਦਾ, ਬਾਬਾ ਦੀਪ ਸਿੰਘ ਤੈਨੂੰ ਪਤਾ ਮੇਰੇ ਅੰਦਰ ਦੀ ਸੱਚਾਈ ਦਾ, ਪੁੱਤਰ ਤੇਰਾ ਵਾਂ, ਚੰਗਾ ਵਾਂ, ਮੰਦਾ ਵਾਂ, ਬੁਰਾ ਵਾਂ, ਭਲਾ ਵਾਂ, ਜਿਹੋ ਜਿਹਾ ਦਾਗਿਆ ਮੈਂ ਤੇਰਾ ਵਾਂ, ਤੇਰਾ ਦਾਗਿਆ ਹੋਇਆ। ਇਹ ਡੇਗਣ ਆਏ ਨੇ ਤੇ ਜਿਹੜੀ ਤੂੰ ਆਪਣੀ ਸੁਰੱਖਿਆ ਦੀ ਉਹ ਪਿਆਰੀ ਦੀਵਾਰ ਹੈ ਨਾ, ਜਿਹੜੀ ਇਹਨਾਂ ਨੂੰ ਨਜ਼ਰ ਨਹੀਂ ਆ ਰਹੀ, ਉਹ ਦੀਵਾਰ ਅੱਗੇ ਮੇਰੇ ਬਣਾਈ ਰੱਖੀ। ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ, ਨਿੰਦਕਾਂ ਤੋਂ ਰਾਖੀ ਕੀਤੀ ਨਾਮ ਨੇ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ। ਹੁਣ ਆ ਗਿਆ ਬੰਦੇ ਦਾ ਅਖੀਰਲਾ ਵੇਲਾ, ਉਦੋਂ ਕਿੰਨੇ ਬਚਾਇਆ? ਤੇਰੇ ਨਾਮ ਨੇ। ਜਮਦੂਤਾਂ ਦੀ ਮਾਰ ਤੋਂ ਕਿੰਨੇ ਬਚਾਇਆ? ਤੇਰੇ ਨਾਮ ਨੇ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ,
ਭੱਜ ਗਏ ਤੇ ਹੁਣ ਜਦੋਂ ਮੇਰੀ ਗਈ ਨਾ ਰੂਹ ਦਰਗਾਹ 'ਚ ਉੱਥੇ ਵੀ ਮੈਨੂੰ ਓਏ ਕਹਿ ਕੇ ਬੁਲਾਉਣ ਦੀ ਕਿਸੇ ਹਿੰਮਤ ਨਾ ਕੀਤੀ ਰੇਰੇ ਦਰਗੇ ਕਹੇ ਨਾ ਕਹੂ ਆਓ ਬੈਠ ਆਦਰ ਸੁਭ ਦੇਊ ਸਾਰਿਆਂ ਨੇ ਆਦਰ ਦੇ ਨਾਲ ਮੈਨੂੰ ਬਿਠਾਇਆ ਪਰ ਸਦਕਾ ਤੇਰੇ ਨਾਮ ਦਾ ਸਦਕਾ ਤੇਰੇ ਕੀਰਤਨ ਦਾ ਸਦਕਾ ਬਸ ਇਹੋ ਹੀ ਕਹਿਣ ਦਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਇਹ ਨਾ ਛੱਡਿਓ ਮੇਰੀ ਬੇਨਤੀ ਜੇ ਇਹ ਨਾ ਛੱਡਿਓ ਕਦੀ ਦੋ ਨਾਮ ਪੱਕੇ ਆਪਣੇ ਹਿਰਦਿਆਂ 'ਚ ਵਸਾਲੋ ਜਿੱਧਰ ਜਾਓਗੇ ਬਾਬਾ ਦੀਪ ਸਿੰਘ ਦੀਆਂ ਬਖਸ਼ਿਸ਼ਾਂ ਉੱਥੇ ਪਹਿਲੇ ਹੀ ਪਹੁੰਚੀਆਂ ਹੋਣਗੀਆਂ ਪਹਿਲੇ ਹੀ ਇਹ ਦੋ ਨਾਮ ਕਦੀ ਜ਼ਿੰਦਗੀ 'ਚ ਮਰਦੇ ਮਰਨਾ ਪਰ ਨਹੀਂ ਛੱਡਣੇ ਅਸੀਂ ਤਾਂ ਕਹਿਣਾ ਹੀ ਕਹਿਣਾ ਜੋ ਮਰਜ਼ੀ ਕਹਿ ਲੈਣ ਦੁਨੀਆਂ ਵਾਲੇ ਕਹਿਣ ਇਹ ਨਾਮ ਕੀਰਤਨ 'ਚ ਨਾ ਬੋਲੋ ਕਿਉਂ ਨਾ ਬੋਲੀਏ ਤੁਹਾਡੇ ਪਿਓ ਦਾ ਨਾਮ ਬੋਲੀਏ ਕਿਹਦਾ ਬੋਲੀਏ ਦੱਸੋ ਕਹਿਣਾ ਹੀ ਕਹਿਣਾ ਕਹਿਣਾ ਧੰਨ ਗੁਰੂ ਰਾਮਦਾਸ ਜੀ 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 ਧੰਨ ਗੁਰੂ ਰਾਮਦਾਸ ਪਿਓਰ ਨਾ ਲੱਖੋ ਨਾ ਜੀ ਧੰਨ ਬਾਬਾ ਇਹ ਦੋ ਨਾਮ ਨਾ ਛੱਡਿਓ ਆ ਗੁਰੂ ਦੀ ਹਜ਼ੂਰੀ 'ਚ ਕਹਿ ਰਹੇ ਹਾਂ ਸੰਗਤ ਦੀ ਹਜ਼ੂਰੀ 'ਚ ਕਹਿ ਰਹੇ ਹਾਂ ਪਿਆਰਿਓ ਦੋ ਨਾਮ ਨਾ ਛੱਡਿਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਕਦੀ ਤੁਹਾਡੀ ਮਾਂ ਨਹੀਂ ਜੇ ਛੱਡਣਗੇ ਗੁਰੂ ਮਿਹਰ ਕਰੇ ਆਓ ਇੱਕ ਵਾਰੀ ਪੰਕਤੀਆਂ ਪੜੋ ਕੀਰਤਨ ਦੀ ਸਮਾਪਤੀ ਭੁੱਲ ਚੁੱਕ ਦੀ ਖਿਮਾ ਕਰ ਦੇਣਾ ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਰਾਮਦਾਸ ਜੀ ਦਾ ਬਾਬਾ ਦੀਪ ਸਿੰਘ ਜੀ ਦਾ ਬਾਬਾ ਆਨੰਦ ਸਿੰਘ ਜੀ ਸਮੂਹ ਰੱਬ ਰੂਪ ਸੰਗਤਾਂ ਦਾ ਜਿਨ੍ਹਾਂ ਨੇ ਸਾਰੀ ਸੇਵਾ ਲਈ ਪ੍ਰਬੰਧਕ ਵੀਰਾਂ ਦਾ ਧੰਨਵਾਦ ਸਤਿਗੁਰੂ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਮੇਰਾ ਕਰਾਂ ਸੋਨੀਆ ਭੈਣ ਜੀ ਜਿਹੜੇ ਤੁਹਾਡੇ ਦਰਸ਼ਨ ਕਰਾਉਣ ਵਿੱਚ ਵਿਚੋਲੇ ਬਣੇ ਨੇ ਇਹ ਭੈਣ ਸਾਡੀ ਹਰ ਚੁਪਹਿਰੇ 'ਤੇ ਅੰਮ੍ਰਿਤਸਰ 27 ਤਰੀਕ ਨੂੰ ਹੁੰਦਾ ਉੱਥੇ ਵੀ ਪਹੁੰਚਦੀ ਰਹਿਣ ਸਬਾਈਆਂ 'ਚ ਵੀ ਹਰ ਜਗ੍ਹਾ 'ਤੇ ਅੱਗੇ ਹੋ ਕੇ ਸਾਰੀਆਂ ਸੇਵਾਵਾਂ ਨਿਭਾਉਂਦੀ ਹੈ ਬਾਪੂ ਖੰਡੇ ਵਾਲਾ ਬਰਕਤਾਂ ਪਾਵੇ ਬਾਕੀ ਦੂਰੋਂ ਨੇੜਿਓਂ ਜਿੱਥੋਂ ਜਿੱਥੋਂ ਚੱਲ ਕੇ ਆਏ ਮੈਂ ਵੇਖ ਰਿਹਾ ਬਹੁਤ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਬਾਪੂ ਦੀਪ ਸਿੰਘ ਤੁਹਾਡੇ ਘਰਾਂ 'ਚ ਬਰਕਤਾਂ ਪਾਉਣ ਤੁਹਾਨੂੰ ਚੜ੍ਹਦੀਆਂ ਕਲਾ ਤੁਹਾਡੇ ਇੱਕ ਇੱਕ ਦੀ ਹਰ ਮਨੋਕਾਮਨਾ ਮੇਰਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਪੂਰੀ ਕਰੇ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਬਾਕੀ ਕੀਰਤਨ ਭੇਡ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਹੋ ਇਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦਾ ਤਰਸ ਹੈ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸੇਵਾਵਾਂ ਦਾ ਕੁੰਭ ਚੱਲ ਰਿਹਾ ਉੱਥੇ ਆਓ ਜ਼ਰੂਰ ਦਰਸ਼ਨ ਦਿਆ ਜੇ ਜ਼ਰੂਰ ਆ ਕੇ ਦੇਖੋ ਸਕੂਲ ਚੱਲ ਰਿਹਾ ਦੋਵੇਂ ਤਰ੍ਹਾਂ ਦੀ ਪੜ੍ਹਾਈ ਗੁਰਮਤ ਦੀ ਵੀ ਦੁਨਿਆਵੀ ਪੜ੍ਹਾਈ ਵੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ ਚੱਲਦੀ ਫਿਰਦੀ ਰਸੋਈ ਉਹ ਗੱਡੀ ਉਹਦੇ ਰਾਹੀਂ ਵੱਖ ਵੱਖ ਥਾਵਾਂ 'ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੁਣ ਸਾਨੂੰ ਨਵੀਂ ਗੱਡੀ ਵੀ ਚਾਹੀਦੀ ਹੈ ਬਾਬੇ ਨਾਨਕ ਦੀ ਰਸੋਈ ਲਈ ਅਨਾਊਂਸਮੈਂਟ ਮੈਂ ਰੋਜ਼ ਕਰਦੇ ਹਾਂ ਆਪਣੀ ਆਪਣੀ ਵਿੱਤ ਮੁਤਾਬਕ ਸਭ ਨੇ ਹਿੱਸਾ ਪਾਉਣਾ ਅਤੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਜਿਹਦੇ ਵਿੱਚ 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ ਨੇ ਹੋਰ ਵੀ ਬਹੁਤ ਸੇਵਾਵਾਂ ਨੇ ਅਕੈਡਮੀ ਚੱਲ ਰਹੀ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ ਗੁਰੂ ਜੀ ਦੀ ਕਿਰਪਾ ਨਾਲ ਉਸੇ ਅਸਥਾਨ 'ਤੇ ਜੀ ਦਿਆ ਪ੍ਰਮਾਨ ਪਾਰਕ ਵੱਡਾ ਗੁਰੂ ਘਰ ਵੱਡਾ ਦੀਵਾਨ ਹਾਲ ਸਰਾਂ ਬਣ ਰਹੀ ਹੋਰ ਬੇਨਤ ਕਾਰਜ ਆਪ ਜੀ ਦੇ ਕਿਣਕੇ ਨਾਲ ਚੱਲ ਰਹੇ ਨੇ ਅਰਦਾਸ ਕਰਿਓ ਸਤਿਗੁਰੂ ਆਪਣੀਆਂ ਸੇਵਾਵਾਂ ਨਿਮਰਤਾ ਦੇ ਵਿੱਚ ਆਪ ਲੈਣ ਬਖਸ਼ਿਸ਼ਾਂ ਕਰਨ ਅਤੇ ਇੱਕ ਮੈਂ ਤੁਹਾਡੇ ਕੋਲੋਂ ਅੱਜ ਵਾਅਦਾ ਲੈਣਾ ਆਖੋ ਧੰਨ ਗੁਰੂ ਰਾਮਦਾਸ ਜੀ
ਪਿਓਰ ਨਾ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸਿਰਫ ਜਿਹੜੀ ਸੰਗਤ ਸੇਵਾ ਵੀ ਰੱਖ ਰਹੀ ਨਾ, ਜਿੱਥੇ ਖੜੇ ਅੱਧੇ ਮਿੰਟ ਲਈ ਬਹਿ ਜਾਓ, ਇੱਥੇ ਬਹਿ ਜਾਓ, ਸਿਰਫ ਅੱਧੇ ਮਿੰਟ ਲਈ। ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਮੰਗ ਕੇ ਲੈਣੀ, ਅੱਧੇ ਮਿੰਟ ਲਈ ਬਹਿ ਜਾਓ, ਸਿਰਫ ਅੱਧੇ ਮਿੰਟ ਲਈ ਇੱਥੇ ਬਹਿ ਜਾਓ, ਜਿੱਥੇ ਖੜੇ ਸਿਰਫ ਅੱਧੇ ਮਿੰਟ ਲਈ ਬਹਿ ਜਾਓ, ਇਹ ਬਚਨ ਮੰਨੋ, ਸਿਰਫ ਅੱਧੇ ਮਿੰਟ ਲਈ ਸਾਰੇ ਬਹਿ ਜਾਓ। ਅੱਜ ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਮੰਗ ਕੇ ਲੈਣੀ ਆ, ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਚੀਜ਼ ਵਿੱਚ ਤੁਹਾਡਾ ਵੀ ਭਲਾ ਹੈ, ਤੁਹਾਡੇ ਪਰਿਵਾਰਾਂ ਦਾ ਵੀ ਭਲਾ ਹੈ। ਤੁਸੀਂ ਰੋਜ਼ ਜੁੜਦੇ ਹੋ 3 ਤੋਂ 4 PTC ਸਿਮਰਨ ਦੇ ਮਾਧਿਅਮ ਰਾਹੀਂ ਦੁਪਹਿਰੀ, ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ। ਅੱਜ ਆਪਣੇ ਅੰਦਰ ਪੱਕਾ ਪ੍ਰੋਮਿਸ ਕਰਦੇ ਹੋ, ਭਾਵੇਂ ਬਾਹਾਂ ਤਾਂ ਕਰਕੇ, ਉਹ ਪਤਾ ਕੀ ਪ੍ਰੋਮਿਸ, ਕਿ ਮਹਾਰਾਜ ਘੱਟ ਤੋਂ ਘੱਟ ਇਸ ਸਮਾਗਮ ਨਾਲ 5 ਸਰੀਰਾਂ ਨੂੰ ਅਸੀਂ ਜੋੜਾਂਗੇ ਹੀ ਜੋੜਾਂਗੇ, ਹੋਰ ਇਹ ਪੱਕਾ ਪ੍ਰੋਮਿਸ ਕਰ ਦਿਓ। ਹੁਣ ਜਕਾਰਾ ਕਿੰਨੇ ਲਾਉਣਾ? ਸਤਿ ਸ੍ਰੀ ਅਕਾਲ। ਕਿ ਇਹ ਵਾਹ ਵਾਹ, ਘਰ ਘਰ ਦੇ ਵਿੱਚੋਂ ਵਾਹ ਵਾਹ, ਇਹ ਕਿਉਂ ਜੋੜਾਂਗੇ? ਵਾਹ ਵਾਹ, ਸ਼ੁਕਰਾਨੇ ਸ਼ੁਕਰਾਨੇ। ਇਹ ਮੈਂ ਪ੍ਰਣ ਪਤਾ ਕਿਉਂ ਲਿਆ, ਪ੍ਰੋਮਿਸ ਕਿਉਂ ਕਰਵਾਇਆ, ਕਿ ਮੇਰੇ ਮਨ ਦੀ ਭਾਵਨਾ ਥੋੜੇ ਸਮੇਂ ਵਿੱਚ ਹੀ, ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਹੀ ਪੂਰੇ ਵਰਲਡ ਦੇ ਹਰ ਘਰ ਚੋਂ ਇੱਕ ਆਵਾਜ਼ ਗੂੰਜੇ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪੂਰੇ ਵਰਲਡ ਵਿੱਚ ਹਰ ਘਰ ਚੋਂ ਇਹ ਆਵਾਜ਼ ਗੂੰਜੇ, ਧੰਨ ਬਾਬਾ ਦੀਪ ਸਿੰਘ ਜੀ। ਇਹ ਉਦੋਂ ਹੀ ਪੋਸੀਬਲ ਹੈ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਪ੍ਰਚਾਰਕ ਬਣੋਗੇ। 5-5 ਨੂੰ, 10-10, 20-20 ਨੂੰ ਜੋੜੋ, ਤੁਹਾਡੇ ਰਿਸ਼ਤੇਦਾਰ ਜਿੱਥੇ ਰਹਿੰਦੇ ਫੋਨ ਕਰੋ, ਵੇਖਿਆ ਕਰ ਪ੍ਰੋਗਰਾਮ ਭਾਈ, ਜ਼ਰੂਰ ਵੇਖ। ਉਸ ਟਾਈਮ ਟਾਈਮ ਨਹੀਂ ਲੱਗਦਾ, ਯੂਟਿਊਬ 'ਤੇ ਬਾਅਦ ਚੋਂ ਵੇਖ, ਪਰ ਵੇਖ 2-4 ਦਿਨਾਂ ਬਾਅਦ ਪੁੱਛੋ ਬਈ ਦੱਸ ਕੀ ਸੁਣਿਆ ਜੀ, ਭਾਈ ਸਾਹਿਬ ਨੇ ਕੀ ਸੁਣਾਇਆ, ਇਹ ਜ਼ਰੂਰ ਮੇਰੀ ਬੇਨਤੀ ਪ੍ਰਮਾਣ ਕਰਿਓ। ਆਓ ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ ਸਾਰੀ ਸੰਗਤ, ਫਿਰ ਆਪਾਂ ਖਾਲਸਾ ਵਾਹਿਗੁਰੂ ਜੀ, ਤੁਹਾਡੇ ਪਿਆਰ ਨੂੰ ਨਮਸਕਾਰ। ਵਾਹ ਵਾਹ, ਸ਼ੁਕਰਾਨਾ ਸ਼ੁਕਰਾਨਾ, ਬੈਠੋ। ਆਓ ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਉਸ ਤੋਂ ਬਾਅਦ ਅਗਲਾ ਪ੍ਰੋਗਰਾਮ, ਅਗਲਾ ਪ੍ਰੋਗਰਾਮ ਜੋ ਪ੍ਰਬੰਧਕ ਵੀਰਾਂ ਨੇ ਬਣਾਇਆ ਉਸ ਮੁਤਾਬਕ ਤੁਸੀਂ ਫਿਰ ਹਾਜ਼ਰੀਆਂ ਭਰਨੀਆਂ। ਸਾਨੂੰ ਇਹ ਪੰਕਤੀਆਂ ਪੜ੍ਹਨ ਤੋਂ ਬਾਅਦ ਖੁਸ਼ੀਆਂ ਦੇ ਦੇਣਾ, ਇਹ ਬੇਨਤੀ ਪ੍ਰਮਾਣ ਕਰਿਓ ਜੀ ਸਾਰੇ। ਸੰਗਤ ਵੱਲੋਂ ਹੁਕਮ ਹੈ ਕਿ ਜੇ ਤੁਸੀਂ ਨਾ ਫੜਦੇ ਬਾਂ ਅਸਾਂ ਰੁਲ ਜਾਣਾ ਸੀ, ਪੜ੍ਹੋ। ਅਤੇ ਜਿਹੜੇ ਰੋਜ਼ ਤੁਸੀਂ ਸੁਣਦੇ ਹੋ, ਲਾਈਵ ਵੇਖਦੇ ਹੋ, 3-4 ਮਹੀਨਿਆਂ ਤੋਂ ਮੈਂ ਪਾਬੰਦੀ ਜੀ ਲਾਈ ਹੈ, ਮੈਂ ਗੁਰੂ ਦੀ ਹਜ਼ੂਰੀ 'ਚ ਕੋਈ ਧਾਰਮਿਕ ਗੀਤ ਜਾਂ ਕਵਿਤਾ ਨਹੀਂ ਪੜ੍ਹ ਰਿਹਾ। ਅੰਦਰੋਂ ਹੀ ਮੇਰੇ ਪ੍ਰੇਰਨਾ ਹੋਈ ਹੈ, ਮੇਰੇ ਅੰਦਰੋਂ ਹੀ ਇਹ ਆਵਾਜ਼ ਆਈ, ਅਤੇ ਅਜੇ ਤੱਕ ਉਹ ਪਾਬੰਦੀ ਚੱਲ ਰਹੀ ਹੈ, ਕਦੋਂ ਤੱਕ ਲਵਾਉਣੀ ਹੈ ਬਾਬਾ ਜਾਣੇ। ਪਰ ਇਹ ਮੈਂ ਇਹ ਨਹੀਂ ਪੜ੍ਹ ਸਕਦਾ ਜੇ ਤੁਸੀਂ ਨਾ ਫੜਦੇ ਮਾਂ, ਤੁਸੀਂ ਯੂਟਿਊਬ 'ਤੇ ਸੁਣਿਓ। ਅਤੇ ਇਧਰੋਂ ਆਵਾਜ਼ ਆ ਰਹੀ ਭੈਣਾਂ ਵੱਲੋਂ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੱਡਾ। ਹਾਂ, ਇਹ 2-3 ਮਿੰਟਾਂ ਲਈ ਮੈਂ ਸ਼ਬਦ ਜ਼ਰੂਰ ਪੜ੍ਹ ਦਿੰਦਾ, ਉਸ ਤੋਂ ਬਾਅਦ ਫਿਰ ਆਪਾਂ, ਕਿਉਂਕਿ ਇਹ ਸ਼ਬਦ ਦੀਆਂ ਪੰਕਤੀਆਂ ਮੈਂ ਰਿਪੀਟ ਕਰਨੀਆਂ ਸੀ, ਸ਼ਬਦ 'ਤੇ ਪੜ੍ਹ ਹੀ ਚੁੱਕੇ ਹਾਂ ਪੂਰਾ। ਅਤੇ ਮੈਂ ਜੋ ਸ਼ਬਦ ਦੀਆਂ ਪੰਕਤੀਆਂ ਰਿਪੀਟ ਕਰਨੀਆਂ ਸੀ ਉਹਦੀ ਜਗ੍ਹਾ 'ਤੇ ਆਓ, ਸਿਰਫ 3-4 ਮਿੰਟ ਇਹ ਸ਼ਬਦ ਪੜ੍ਹ ਲਓ, ਫਿਰ ਫਤਿਹ ਬੁਲਾ ਰਹੇ ਜੀ। ਤੇਰੇ ਪਰੋਸੇ ਪਿਆਰੇ ਮੈਂ ਲਾਡ ਲਡਾਇਆ, ਮੈਂ
ਤੇਰੇ ਪਰੋਸੇ ਪਿਆਰੇ
ਪਹਿਲਾ ਪ੍ਰੋਗਰਾਮ ਬੜੇ ਪਿਆਰ 'ਚ ਸਰਵਣ ਕਰੋ। ਗੁਰੂ ਦੇ ਵਜ਼ੀਰਾਂ ਦਾ ਵੀ ਧੰਨਵਾਦ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾਂ। ਮੇਰਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇਵੇ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ। 31 ਅਗਸਤ ਦਿਨ ਸ਼ਨੀਵਾਰ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਭਾਈ ਸਮਾਗਮ ਰੱਖੇ ਗਏ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ, ਜੋ ਰੋਜ਼ ਤੁਸੀਂ ਜੁੜਦੇ ਹੋ ਤਕਰੀਬਨ ਸ਼ਾਮ ਨੂੰ 6 ਵਜੇ ਦੇ ਕਰੀਬ ਕਰੀਬ ਸਾਰੇ ਪਹੁੰਚੇ ਹੋ, ਔਰ ਲੰਗਰ ਪ੍ਰਸ਼ਾਦ ਛੱਕ ਕੇ ਫਿਰ ਚੌਂਕੜੇ ਮਾਰ ਕੇ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰਿਆਂ ਨੇ ਰਹਿਣ ਸਭਾਈ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ। ਔਰ ਤੁਹਾਨੂੰ ਸਭ ਨੂੰ ਪਤਾ ਹੈ ਪ੍ਰਤੱਖ ਨੂੰ ਬਹੁਤੇ ਪ੍ਰਮਾਣਾਂ ਦੀ ਲੋੜ ਨਹੀਂ ਹੁੰਦੀ। ਜਦੋਂ ਤੁਸੀਂ ਪਿਛਲੀ ਵਾਰੀ ਆ ਕੇ ਹਾਜ਼ਰੀਆਂ ਭਰੀਆਂ ਪਾਉਵੰਡ ਸਾਹਿਬ ਰਹਿਣ ਸਭਾਈ ਦੇ ਵਿੱਚ, ਅਤੇ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਇੱਕ ਇੱਕ ਦੇ ਬੰਧਨਾਂ ਨੂੰ ਕੱਟਿਆ, ਕਿੰਨਿਆਂ ਦੇ ਵੀਜ਼ੇ ਲਵਾਏ, ਕਿੰਨਿਆਂ ਦੇ ਦੁੱਖਾਂ ਤਕਲੀਫਾਂ ਨੂੰ ਦੂਰ ਕੀਤਾ, ਕਿੰਨਿਆਂ ਦੇ ਕਸ਼ਟ ਬਾਬਾ ਦੀਪ ਸਿੰਘ ਜੀ ਨੇ ਆਪ ਬਖਸ਼ਿਸ਼ ਦੇ ਖਾਤੇ ਵਿੱਚੋਂ ਮਿਟਾਏ। ਇਹ ਬਾਬਾ ਆਨੰਦ ਸਿੰਘ ਜੀ ਦਾ ਵੀ ਬਚਨ ਹੈ, ਕਹਿੰਦੇ ਇੱਕ ਰਾਤ ਤੂੰ ਗੁਰੂ ਦੇ ਲੇਖੇ ਲਾ, ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਰਾਤਾਂ ਗੁਰੂ ਰਾਮਦਾਸ ਨੇ ਬਾਬਾ ਦੀਪ ਸਿੰਘ ਨੇ ਤੇਰੀਆਂ ਕੱਟ ਦੇਣੀਆਂ ਨੇ। ਆਓ ਭਾਗਾਂ ਵਾਲੇ ਹੋ, ਜਿੱਥੇ ਜਿੱਥੇ ਵੀ ਤੁਸੀਂ ਸੁਣਦੇ ਹੋ, ਦਸਾਂ ਦਸਾਂ ਵੀਹਾਂ ਵੀਹਾਂ ਨੂੰ ਨਾਲ ਲੈ ਕੇ, ਭਾਵੇਂ ਆਪਣੇ ਕੋਲੋਂ ਤੁਹਾਨੂੰ ਟਿਕਟਾਂ ਖਰਚਣੀਆਂ ਪੈਣ ਦੂਜਿਆਂ ਦੀਆਂ, ਭਾਵੇਂ ਕਿਰਾਏ ਦੀਆਂ ਗੱਡੀਆਂ ਕਰਨੀਆਂ ਪੈਣ, ਜਿਵੇਂ ਵੀ ਕਰ ਸਕਦੇ ਹੋ, ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚ ਕੇ ਰਹਿਣ ਸਭਾਈ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਿਓ। ਔਰ ਗਰੰਟੀ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ, ਤੁਸੀਂ ਰਹਿਣ ਸਭਾਈ ਦੇ ਵਿੱਚ ਆ ਕੇ ਹਾਜ਼ਰੀਆਂ ਭਰਿਓ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਕੋਲੋਂ ਜਿਹੜੀ ਮਰਜ਼ੀ ਦਾਤ ਲੈ ਜਾਓ, ਜਿਹੜੀ ਮਰਜ਼ੀ ਦਾਤ। ਔਰ ਪਿਛਲੀਆਂ ਰਹਿਣ ਸਭਾਈਆਂ ਵਿੱਚ ਤੁਸੀਂ ਵੇਖਿਆ ਹੀ ਹੈ ਸਭ ਨੇ ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਸਭ ਦੀਆਂ ਝੋਲੀਆਂ ਭਰੀਆਂ ਨੇ। ਆਓ, ਖੁਸ਼ੀਆਂ ਲੈਣ ਦਾ ਵੇਲਾ ਹੈ, ਬੰਧਨ ਕਟਵਾਉਣ ਦਾ ਵੇਲਾ ਹੈ, ਝੋਲੀਆਂ ਭਰਮਾਉਣ ਦਾ ਵੇਲਾ ਹੈ। ਵੀਹਾਂ ਵੀਹਾਂ ਪੰਜਾਹਾਂ ਪੰਜਾਹਾਂ ਨੂੰ ਨਾਲ ਲੈ ਕੇ ਵਹੀਰਾਂ ਕੱਤ ਕੇ 31 ਅਗਸਤ ਨੂੰ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੀ ਜ਼ਰੂਰੀ ਬੇਨਤੀ, ਇਹਨੂੰ ਧਿਆਨ ਨਾਲ ਸੁਣਿਓ ਔਰ ਅੱਗੇ ਸ਼ੇਅਰ ਵੀ ਕਰਿਓ, ਅਤੇ ਇਸ ਚੀਜ਼ ਨੂੰ ਸਕਿੱਪ ਨਾ ਕਰਿਓ। ਬੜੀ ਜ਼ਰੂਰੀ ਬੇਨਤੀ ਹੈ, ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ ਪਿਆਰਿਓ, ਜ਼ਰੂਰ ਇੱਕ ਵਾਰੀ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਰਨ ਪਾ ਕੇ ਜਾਇਓ, ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ, ਔਰ ਇੱਕੋ ਛੱਤ ਦੇ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ ਨੇ। ਤੁਹਾਨੂੰ ਨਾਲ ਨਾਲ ਦਿਖਾਇਆ ਜਾ ਰਿਹਾ ਕਿਵੇਂ ਇੱਥੇ ਅਲਟਰਾਸਾਊਂਡ, ਕਿਵੇਂ ਇੱਥੇ ਦੰਦਾਂ ਦੇ ਇਲਾਜ, ਫਿਜ਼ੀਓਥਰੈਪੀ, ਅੱਖਾਂ ਦੇ ਇਲਾਜ, ਹੋਰ ਵੀ ਸਾਰੇ ਇਲਾਜ ਇੱਕੋ ਛੱਤ ਥੱਲੇ ਹੁੰਦੇ ਨੇ, ਬਿਲਕੁਲ ਲਾਗਤ ਮੁੱਲ ਨਾਲ। ਔਰ ਆ ਕੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੱਧ ਪ੍ਰੇਮੀਆਂ ਨੂੰ ਰੋਜ਼ ਪ੍ਰਸ਼ਾਦਾ ਮਿਲਦਾ। ਆਪ ਵੀ ਪੇਟ ਭਰ ਕੇ ਛਕਦੇ ਨੇ, ਪਰਿਵਾਰ ਵੀ ਉਹਨਾਂ ਦੇ ਛਕਦੇ, ਔਰ ਅਸੀਸਾਂ ਕਿਹਨੂੰ ਦਿੰਦੇ ਨੇ, ਤੁਹਾਨੂੰ ਜਿਹੜੇ ਤੁਸੀਂ ਦਾਨ ਕਰਦੇ ਹੋ, ਜਿਹੜੇ ਤੁਸੀਂ ਸੇਵਾ ਕਰਦੇ ਹੋ। ਇੱਥੇ ਹੀ ਬਜ਼ੁਰਗਾਂ ਦੇ ਲਈ ਰੋਜ਼ਾਨਾ ਟਿਫਨ ਵਿੱਚ 2 ਵੇਲੇ ਦਾ ਲੰਗਰ ਪੈਕ ਕਰਕੇ
ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਂਦਾ। ਔਰ ਭੁੱਲਿਓ ਨਾ, ਇਹ ਉਹੋ ਹੀ ਬਜ਼ੁਰਗ ਨੇ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਸਿਰ ਦੇ ਉੱਤੇ ਕੋਈ ਛੱਤ ਵੀ ਨਹੀਂ, ਘਰ ਦੇ ਵਿੱਚ ਹੋਰ ਕੋਈ ਰੋਜ਼ੀ ਰੋਟੀ ਦਾ ਸਾਧਨ ਵੀ ਨਹੀਂ। ਉਹਨਾਂ ਦੇ ਲਈ ਦੋ ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਰੋਜ਼ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਦੀ ਸੇਵਾ ਵੀ ਕੀਤੀ ਜਾਂਦੀ ਹੈ ਬਾਬਾ ਦੀਪ ਸਿੰਘ ਫਰੀ ਟਿਫਨ ਸੇਵਾ ਦੇ ਮਾਧਿਅਮ ਰਾਹੀਂ। ਔਰ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਵੱਖ ਵੱਖ ਥਾਵਾਂ 'ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ। ਮੇਰੀ ਸਭ ਨੂੰ ਬੇਨਤੀ ਹੈ, ਆਪ ਜੀ ਵੀ ਜੇ ਇਹਨਾਂ ਸੇਵਾਵਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣਾ ਯੋਗਦਾਨ ਤੁਸੀਂ ਜੋ ਤੁਹਾਡੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਚੱਲ ਰਹੀ ਹੈ, ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਆਪਣੀ ਸੇਵਾ ਪਾ ਕੇ, ਜੋ ਟੀ ਵੀ 'ਤੇ ਨੰਬਰ ਚੱਲ ਰਹੇ ਇਹਨਾਂ ਨੰਬਰਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ, ਤਾਂ ਜੋ ਤੁਹਾਨੂੰ ਰਸੀਦ ਔਰ ਸਤਿਕਾਰ ਵੀ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ QR ਕੋਡ ਦੇ ਰਾਹੀਂ ਵੀ ਭੇਜ ਸਕਦੇ, ਉਹ ਵੀ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਿਹਾ। ਔਰ ਇਹ ਸੇਵਾ ਤੁਸੀਂ ਸਾਨੂੰ ਫੋਨਪੇ, ਗੂਗਲ ਪੇ ਨਾਲ ਪੇਟੀਐੱਮ ਵੀ ਕਰ ਸਕਦੇ ਹੋ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ। ਹਰ ਪਲ, ਹਰ ਘੜੀ, ਹਰ ਸਮੇਂ ਤੁਹਾਡੀਆਂ ਅਸੀਸਾਂ ਨੂੰ ਅਸੀਂ ਲੋਚਦੇ ਹਾਂ। ਆਪਣੀਆਂ ਅਸੀਸਾਂ ਔਰ ਆਪਣੀ ਬਖਸ਼ਿਸ਼ ਸਾਡੇ ਸਾਰਿਆਂ ਦੇ ਉੱਤੇ ਪਿਆਰ ਦੇ ਵਿੱਚ ਤੁਸੀਂ ਬਣਾ ਕੇ ਰੱਖਿਓ ਜੀ। ਔਰ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ। ਹਰ ਐਤਵਾਰ ਅਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ ਪੰਜ ਪਾਠ ਜਪਜੀ ਸਾਹਿਬ, ਦੋ ਪਾਠ ਚੁਪਈ ਸਾਹਿਬ, ਇੱਕ ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ, ਪਰ ਚਾਰ ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾ ਤੇ, ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ, ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ, ਉਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, 11:15 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ, ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੁਪਈ ਸਾਹਿਬ ਜੀ ਦੇ ਨਾਲ, 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3:15 ਤੱਕ ਦਾਸ ਕੀਰਤਨ ਦੀ ਹਾਜ਼ਰੀ, 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਜਿਹਦੀਆਂ ਫਾਈਲਾਂ
ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿਸੰਗ ਜੀ। ਜ਼ਰੂਰੀ ਬੇਨਤੀ, ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਆਈ ਸੀ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਣਾਦਾਇਕ ਅਨਮੋਲ ਬਚਨ, ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ ਚਾਰ ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ, ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜਾਵੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੇ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ ਆਪਣੇ ਘਰ ਹੋਏਗਾ, ਰਾਜ਼ੀ ਰਹੋ, ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਏ, ਗੁਰੂ ਨਾਨਕ ਏ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਏ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇੰਨਾ ਸੰਗਤਾਂ ਨੇ ਲਾਭ ਲਿਆ, ਇਹ ਜਿਹੜਾ ਪ੍ਰੇਰਣਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ, ਚਾਰ ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਏ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਏ, ਮੂਲ ਮੰਤਰ ਦਾ ਜਾਪ ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਏ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਏ, ਚੌਥਾ ਵੋਲੀਅਮ ਏ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ, ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤਿ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ ਟੀ ਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98-709-0004 9875909004। ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ ਅਤੇ ਭਾਵੇਂ ਕਿਤਾਬਾਂ ਵੀ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ, ਮਠਿਆਈਆਂ ਦੇ ਨਾਲ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਅਤੇ ਜੋੜਨ ਵਾਲੀਆਂ ਜ਼ਰੂਰ ਵੰਡੋ ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਕੇ ਸਕਿੱਪ ਨਾ ਕਰਿਓ ਜੀ, ਬੜਾ ਜ਼ਰੂਰੀ ਸੁਣਿਆ, ਇਹਨੂੰ ਸੁਣਿਓ ਵੀ ਔਰ ਅੱਗੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ।
ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ, ਜੋ ਕਾਫੀ ਸਾਲਾਂ ਤੋਂ ਚੱਲ ਰਿਹਾ। ਇਸ ਟਰੱਸਟ ਦੇ ਅਧੀਨ ਤੁਸੀਂ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਦੀ ਸੇਵਾ ਚੱਲ ਰਹੀ, ਜਿਸ ਪਾਰਕ ਦੇ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਬਣ ਰਿਹਾ। ਇਸੇ ਜਗ੍ਹਾ ਦੇ ਉੱਤੇ ਵੱਡਾ ਗੁਰਦੁਆਰਾ ਸਾਹਿਬ ਬਣ ਰਿਹਾ, ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣ ਰਿਹਾ। ਵੱਡਾ ਦੀਵਾਨ ਹਾਲ ਬਣ ਰਿਹਾ, ਜਿਹਦੇ ਵਿੱਚ ਘੱਟ ਤੋਂ ਘੱਟ 8 ਤੋਂ 10 ਹਜ਼ਾਰ ਸੰਗਤ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰ ਸਕੇ। ਨਾਲ ਹੀ ਇੱਥੇ ਵੱਡੀ ਸਰਾਂ ਬਣ ਰਹੀ ਹੈ ਪਿਆਰਿਓ, ਕਿ ਜਦੋਂ ਵੀ ਸੰਗਤਾਂ ਅੰਮ੍ਰਿਤਸਰ ਸਾਹਿਬ ਆਉਣ, ਉਹਨਾਂ ਦੀ ਰਿਹਾਇਸ਼ ਦਾ ਸੋਹਣਾ ਪ੍ਰਬੰਧ ਹੋਵੇ ਔਰ ਇੱਥੋਂ ਹੀ ਗੱਡੀਆਂ ਦਾ ਪ੍ਰਬੰਧ ਹੋ ਜੇ, ਜਿਹੜੀਆਂ ਗੱਡੀਆਂ ਦਰਬਾਰ ਸਾਹਿਬ ਉਹਨਾਂ ਨੂੰ ਦਰਸ਼ਨ ਕਰਨ ਵਾਸਤੇ ਲੈ ਵੀ ਜਾਇਆ ਕਰਨ, ਵਾਪਸੀ ਇੱਥੇ ਲੈ ਵੀ ਆਇਆ ਕਰਨ। ਤੋ ਇਸ ਮੁਹਿੰਮ ਦੇ ਵਿੱਚ, ਇਹ ਵੱਡੇ ਸੇਵਾਵਾਂ ਦੇ ਕੁੰਭ ਦੇ ਵਿੱਚ, ਭੂਮੀ ਦਾਨ ਦੇ ਵਿੱਚ, ਸਰਾਂ ਦੇ ਕਾਰਜ ਦੇ ਵਿੱਚ, ਪੰਛੀਆਂ ਦੀ ਸੇਵਾ ਦੇ ਵਿੱਚ ਤੁਸੀਂ ਸਾਰੇ ਆਪਣਾ ਆਪਣਾ ਦਸਵੰਧ ਜ਼ਰੂਰ ਕੱਢਿਓ। ਇਹ ਆਪਣਾ ਦਸਵੰਧ ਤੁਸੀਂ ਜੋ ਅਕਾਊਂਟ ਡਿਟੇਲਸ ਚੱਲ ਰਹੀ ਹੈ ਤੁਹਾਡੀ ਟੀ ਵੀ ਸਕਰੀਨ ਦੇ ਉੱਤੇ, ਆਪਣੀ ਸੇਵਾ ਤੁਸੀਂ ਅਕਾਊਂਟਾਂ 'ਚ ਵੀ ਪਾ ਸਕਦੇ ਹੋ ਔਰ ਆਪਣਾ ਦਸਵੰਧ ਸਾਨੂੰ ਫੋਨਪੇ, ਪੇਟੀਐੱਮ, ਗੂਗਲ ਪੇ ਵੀ ਕਰ ਸਕਦੇ। ਇੱਕੋ ਹੀ ਨੰਬਰ ਹੈ ਟਰੱਸਟ ਦਾ ਜਿਹੜਾ ਤੁਹਾਡੇ ਟੀ ਵੀ ਸਕਰੀਨ 'ਤੇ ਚੱਲ ਰਿਹਾ, 9815098951398150 99513। ਇੱਕੋ ਹੀ ਨੰਬਰ ਹੈ ਜਿਹਦੇ ਵਿੱਚ ਤੁਸੀਂ ਪੇਟੀਐੱਮ, ਗੂਗਲ ਪੇ ਔਰ ਫੋਨਪੇ ਕਰ ਸਕਦੇ। ਕਿਊ ਆਰ ਕੋਡ ਵੀ ਤੁਹਾਡੇ ਸਕਰੀਨ ਦੇ ਉੱਤੇ ਮੈਨਸ਼ਨ ਹੋ ਰਿਹਾ, ਇਸ ਕਿਊ ਆਰ ਕੋਡ ਰਾਹੀਂ ਵੀ ਤੁਸੀਂ ਸੇਵਾ ਕਰ ਸਕਦੇ ਔਰ ਜਦੋਂ ਵੀ ਆਪਣੀ ਸੇਵਾ ਤੁਸੀਂ ਟਰੱਸਟ ਲਈ ਭੇਜੋ, ਸਾਨੂੰ ਫੋਨ ਕਰਕੇ ਇਨਫੋਰਮੇਸ਼ਨ ਜ਼ਰੂਰ ਦੇ ਦੇਣਾ, ਤਾਂ ਜੋ ਤੁਹਾਨੂੰ ਰਸੀਦ ਔਰ ਸਤਿਕਾਰ ਸਮੇਂ ਸਿਰ ਭੇਜਿਆ ਜਾ ਸਕੇ। ਇਹ ਸੇਵਾਵਾਂ ਦੇ ਕੁੰਭ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਸਾਥ ਦਿਓ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾਈ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।